दिन आप गल करते हैं सर्जन नवराज सिंह जी तो बहुत ही वधिया हेल्थ दे आप टिप्स लेंदे है किसी न किसी इशू बारे ओ बहुत ही डिटेल दे विच सानू समझांदे है सारी इनफॉरमेशन लेके आंदे आ। सो करदे आ स्वागत प्रोग्राम दे विच सर्जन नवराज सिंह जी दा। डॉक्टर साहब सत श्री अकाल, वेलकम टू द शो। सत श्री अकाल, सत श्री अकाल जी। डॉक्टर साहब आज अपने लिसनर दे लई तुसी की लेके आए हो? अज आपां जी बवासीर बारे गल करांगे जी, जिहड़ी कि काफी कॉमन प्रॉब्लम है। मेरे कोले दिहाड़ी दे विच कह लो भी 6-7 जाने रोज इस प्रॉब्लम नाल या इहदे नाल मिलदी जुलदी प्रॉब्लम नाल आउंदे आ, पर आके उन्हां नूं पुछीदा भई हां जी की प्रॉब्लम है, ਉਹ ਮਰੀਜ਼ ਹੀ ਆਪਣੇ ਮੂੰਹ ਕਹਿੰਦਾ ਜੀ ਬਵਾਸੀਰ ਹੈ ਜੀ। ਬੇਸਿਕਲੀ ਕੋਈ ਵੀ ਆਪਣੇ ਏਨਲ ਏਰੀਏ ਦੇ ਵਿੱਚ, ਏਨਲ ਏਰੀਆ ਜਿੱਥੋਂ ਦੀ ਆਪਣਾ ਸਟੂਲ ਬਾਹਰ ਆਉਂਦਾ, ਫੀਕਲ ਮੈਟਰ ਬਾਹਰ ਆਉਂਦਾ, ਉਸ ਏਰੀਏ ਦੀ ਕੋਈ ਵੀ ਪ੍ਰੋਬਲਮ ਹੋਵੇ ਉਹਨੂੰ ਇੱਕ ਲੇਮੈਨ ਬਵਾਸੀਰ ਦਾ ਹੀ ਨਾਂ ਦੇ ਦਿੰਦਾ ਜੀ। ਪਰ ਉਸ ਏਰੀਏ ਚ ਹੋਰ ਵੀ ਬਿਮਾਰੀਆਂ ਹੁੰਦੀਆਂ, ਪਾਈਲ ਜਾਂ ਹੈਮਰਾਇਡ ਜਾਂ ਬਵਾਸੀਰ ਉਹਨਾਂ ਵਿਚੋਂ ਇੱਕ ਬਿਮਾਰੀ ਹੈ। ਸੋ ਜਦੋਂ ਵੀ ਡਾਕਟਰ ਕੋਲੇ ਜਾਓ ਉਹਨੂੰ ਆਪਣੇ ਸਿੰਪਟਮਸ ਦੱਸੋ ਵੀ ਮੈਨੂੰ ਆਹ ਪ੍ਰੋਬਲਮ ਹੈ, ਵੀ ਮੈਨੂੰ ਸਟੂਲ ਨਾਲ ਬਲੱਡ ਆਉਂਦਾ ਜਾਂ ਮੇਰੇ ਪੇਨ ਹੁੰਦੀ ਹੈ ਜਾਂ ਮੈਨੂੰ ਕੌਨਸਟੀਪੇਸ਼ਨ ਹੈ, ਉਹਨੂੰ ਇਹ ਨਾ ਜਾ ਕੇ ਕਹੋ ਜੀ ਮੈਨੂੰ ਬਵਾਸੀਰ ਹੈ ਜੀ। ਜਿਹੜਾ ਤੇ ਕੋਈ ਨਵਾਂ ਨਵਾਂ ਬਣਿਆ ਡਾਕਟਰ ਹੋਊਗਾ ਉਹ ਤੇ ਕਹਿ ਦੂਗਾ ਹਾਂ ਵੀ ਬਵਾਸੀਰ ਹੈ, ਚੱਲ ਉਹ ਬਵਾਸੀਰ ਦਾ ਟ੍ਰੀਟਮੈਂਟ ਲਿਖ ਦੂਗਾ। ਪਰ ਖੁਦਾ ਨਾ ਖਾਸਤਾ ਹੋਰ ਕੋਈ ਉੱਥੇ ਵੱਡੀ ਪ੍ਰੋਬਲਮ ਹੋਵੇ, ਉਹ ਐਗਜ਼ਾਮਿਨ ਨਾ ਕਰੇ ਜਾਂ ਪ੍ਰੋਪਰ ਤੁਹਾਡੀ ਹਿਸਟਰੀ ਨਾ ਲਵੇ, ਉਦੋਂ ਬਾਅਦ ਹੀ ਪਤਾ ਲੱਗਦਾ ਵੀ ਇਹ ਬਵਾਸੀਰ ਹੈ ਕਿ ਕੋਈ ਹੋਰ ਚੀਜ਼ ਹੈ ਜੀ। ਇਸ ਏਰੀਏ ਦੇ ਵਿੱਚ, ਏਨਲ ਏਰੀਏ ਦੇ ਵਿੱਚ ਬੇਸਿਕਲੀ ਆਪਾਂ ਮੂੰਹ ਤੋਂ ਰੋਟੀ ਖਾਂਦੇ ਹਾਂ, ਉਤੋਂ ਆਪਣੇ ਪਾਣੀ ਆਪਣੇ ਮੇਦੇ ਚ ਲੈ ਜਾਂਦਾ, ਮੇਦੇ ਤੋਂ ਛੋਟੀ ਅੰਤੜੀ ਚ ਲੈ ਜਾਂਦਾ, ਛੋਟੀ ਅੰਤੜੀ ਚੀਜ਼ਾਂ ਅਬਜ਼ੋਰਬ ਹੁੰਦੀਆਂ, ਨਿਊਟ੍ਰੀਸ਼ਨ ਅਬਜ਼ੋਰਬ ਹੁੰਦੀ ਹੈ, ਉਦੋਂ ਬਾਅਦ ਉਹ ਫੂਡ ਆਪਣਾ ਵੱਡੀ ਅੰਤੜੀ ਚਲਿਆ ਜਾਂਦਾ, ਉੱਥੇ ਵੀ ਅਬਜ਼ੋਰਪਸ਼ਨ ਹੁੰਦੀ ਹੈ ਕੁਛ ਨਿਊਟ੍ਰੀਸ਼ਨ ਦੀ, ਪਰ ਮੇਨਲੀ ਜਿਹੜਾ ਵਾਟਰ ਹੈ ਉਹ ਆਪਣੀ ਵੱਡੀ ਅੰਤੜੀ ਚ ਅਬਜ਼ੋਰਬ ਹੋ ਜਾਂਦਾ ਹੈ ਤੇ ਉਦੋਂ ਬਾਅਦ ਵੱਡੀ ਅੰਤੜੀ ਦੇ ਅਖੀਰਲੇ ਪਾਰਟ ਨੂੰ ਏਨਲ ਕਨਾਲ ਕਹਿੰਦੇ ਆ ਜੀ, ਤੇ ਏਨਲ ਕਨਾਲ ਤੋਂ ਬਾਅਦ ਏਨਸ ਰਾਹੀਂ ਉਹ ਜਿਹੜਾ ਆਪਣਾ ਫੀਕਲ ਮੈਟਰ ਹੈ, ਖਾਧਾ ਪੀਤਾ ਉਹਦੇ ਵਿਚੋਂ ਆਪਣੇ ਸਰੀਰ ਨੂੰ ਜੋ ਚਾਹੀਦਾ ਸੀ ਉਹ ਲੈ ਲਿਆ, ਬਾਕੀ ਚੀਜ਼ ਆਪਾਂ ਵੇਸਟ ਸਟੂਲ ਬਾਹਰ ਕਰਤਾ। ਹੁਣ ਇਸ ਏਰੀਏ ਦੀਆਂ ਹੋਰ ਪ੍ਰੋਬਲਮਾਂ ਹੈਗੀਆਂ, ਇੱਕ ਫਿਸ਼ਰ ਹੁੰਦਾ ਜਿਹਨੂੰ ਪੰਜਾਬੀ ਚ ਬਿਆਈ ਕਹਿ ਦਿੰਦੇ ਆ। ਬੇਸਿਕਲੀ ਜਦੋਂ ਫਿਸ਼ਰ ਹੁੰਦਾ ਨਾ ਉਹਦੇ ਨਾਲ ਦਰਦ ਬਹੁਤ ਹੁੰਦੀ ਹੈ ਮਰੀਜ਼ ਨੂੰ, ਤੇ ਨਾਲ ਇੱਕ ਉਹਦੇ ਛੋਟਾ ਜਿਹਾ ਉਸ ਏਰੀਏ ਤੇ ਇੱਕ ਸਕਿਨ ਦਾ ਟੈਗ ਬਣ ਜਾਂਦਾ ਤੇ ਪੇਸ਼ੈਂਟ ਇਹ ਸਮਝਦਾ ਵੀ ਇਹ ਬਵਾਸੀਰ ਹੈ ਜੀ। ਪਰ ਬਵਾਸੀਰ ਹੈ ਜਿਹੜੀ ਉਹ ਇੱਕ ਹੋਰ ਪ੍ਰੋਬਲਮ ਹੈ ਜਿਹੜੀ ਕਿ ਬੇਸਿਕਲੀ ਉਸ ਏਰੀਏ ਨੂੰ ਜਿਹੜੀਆਂ ਬਲੱਡ ਵੈਸਲ ਸਪਲਾਈ ਕਰਦੀਆਂ ਉਹਨਾਂ ਦੀ ਪ੍ਰੋਬਲਮ ਹੈ ਜੀ। ਇੱਕ ਆਰਟਰੀ ਜਿਹੜੀ ਮੇਨ ਆਰਟਰੀ ਉਸ ਏਰੀਏ ਨੂੰ ਸਪਲਾਈ ਕਰਦੀ ਹੈ ਉਹ ਹੇਠਾਂ ਜਾ ਕੇ 3 ਬ੍ਰਾਂਚਾਂ ਦੇ ਵਿੱਚ ਡਿਵਾਈਡ ਹੋ ਜਾਂਦੀ ਹੈ, ਅਖੀਰਲੀਆਂ ਉਹਦੀਆਂ 3 ਸ਼ਾਖਾਵਾਂ ਰਹਿ ਜਾਂਦੀਆਂ ਜਿਹੜੀਆਂ ਕਿ ਉੱਥੇ ਆਲੇ ਦੁਆਲੇ ਪਈਆਂ ਵੇਨਸ ਦੇ ਨਾਲ ਜੁੜਦੀਆਂ ਜੀ, ਤੇ ਉੱਥੇ ਉਹ ਜਿਹੜੀ ਵੈਸਲ ਹੈ ਨਾ ਤੇ ਉਹ ਪੂਰੀ ਵੇਨ ਹੁੰਦੀ ਹੈ
ਤੇ ਨਾ ਹੀ ਪੂਰੀ ਉਹ ਆਰਟਰੀ ਹੁੰਦੀ ਆ ਉਹਨੂੰ ਸਾਈਨੋਸੋਇਡ ਜਿਹਦਾ ਨਾਮ ਦੇ ਦਿੰਦੇ ਆ ਇੱਕ ਉਹ ਚੀਜ਼ ਤੇ ਨਾਲ ਥੋੜੇ ਜਿਹੇ ਮਸਲ ਤੇ ਨਾਲ ਕਨੈਕਟਿਵ ਟਿਸ਼ੂ ਸਾਰਾ ਉਹ ਤਿੰਨ ਹਿੱਸਿਆਂ ਚ ਨਾ ਜਿਵੇਂ ਉਹਨੂੰ ਇੱਕ ਏਨਲ ਕੁਸ਼ਨ ਦਾ ਨਾਮ ਦੇ ਦਿੰਦੇ ਜਿਵੇਂ ਆਪਣਾ ਸਰਾਣਾ ਨੀ ਹੁੰਦਾ ਉਹਦੇ ਚ ਆਪਣਾ ਸਿਰ ਆਰਾਮ ਨਾਲ ਟਿਕ ਜਾਂਦਾ ਕੁਸ਼ਨ ਨੂੰ ਉਵੇਂ ਰੱਬ ਨੇ ਆਪਣੇ ਉਸ ਏਰੀਏ ਦੇ ਵਿੱਚ ਇਹ ਤਿੰਨ ਕੁਸ਼ਨ ਦਿੱਤੇ ਹੋਏ ਆ ਜਿਹੜੇ ਕਿ ਕੁਝ ਫੰਕਸ਼ਨ ਕਰਦੇ ਆ ਬੇਸਿਕਲੀ ਇਹਨਾਂ ਕੁਸ਼ਨ ਦਾ ਨਾਂ ਹੀ ਹੈਮਰੋਇਡ ਹੈ ਇਹ ਹੈਮਰੋਇਡ ਹੈ ਜਿਹੜਾ ਇਹ ਗ੍ਰੀਕ ਵਰਡ ਦਾ ਹੈ ਇਹਨੂੰ ਲੈਟਿਨ ਦੇ ਵਿੱਚ ਪਾਈ ਕਹਿੰਦੇ ਆ ਪਾਈ ਦਾ ਮਤਲਬ ਹੁੰਦਾ ਇੱਕ ਬਾਲ ਜਦੋਂ ਬਵਾਸੀਰ ਬਣ ਜਾਂਦੀ ਹੈ ਉਹ ਇੱਕ ਬਾਲ ਦੀ ਤਰ੍ਹਾਂ ਚੀਜ਼ ਦੀ ਬਣ ਜਾਂਦੀ ਹੈ ਜਿਵੇਂ ਤੇ ਫ੍ਰੈਂਚ ਵਾਲੇ ਆ ਜਿਹੜੇ ਉਹ ਇਹਨੂੰ ਜਿਹੜੇ ਆਪਣੇ ਸਿੱਧ ਕਹਿੰਦੇ ਆ ਕਿਉਂਕਿ ਇਹ ਸਿੱਧ ਦੀ ਤਰ੍ਹਾਂ ਦੀ ਸ਼ਕਲ ਬਣ ਜਾਂਦੀ ਹੈ ਜੀ ਸੋ ਹੈਮਰੋਇਡ ਪਾਈਲ ਸਿੱਧ ਬਵਾਸੀਰ ਖੂਨੀ ਬਵਾਸੀਰ ਇੱਕ ਲੋਕ ਵਰਡ ਯੂਜ ਕਰਦੇ ਜੀ ਖੂਨੀ ਬਵਾਸੀਰ ਹੈ ਜਦੋਂ ਖੂਨੀ ਬਵਾਸੀਰ ਦਾ ਨਾਲ ਲੈਂਦੇ ਆ ਨਾ ਫਿਰ ਕੁਝ ਸਮਝ ਪੈਂਦੀ ਹੈ ਵੀ ਹਾਂ ਇਹ ਪਾਈਲ ਹੋ ਸਕਦੀ ਹੈ ਕਈ ਵਾਰੀ ਉਹ ਕਹਿ ਦਿੰਦੇ ਆ ਜੀ ਇਹ ਸੁੱਕੀ ਬਵਾਸੀਰ ਹੈ ਯੂਜਲੀ ਜਿਹੜੀ ਸੁੱਕੀ ਬਵਾਸੀਰ ਦਾ ਨਾਂ ਲੈਂਦੇ ਆ ਉਹ ਫਿਸ਼ਰ ਦੀ ਪ੍ਰੋਬਲਮ ਹੁੰਦੀ ਹੈ ਜਿਹਦੇ ਚ ਚੀਰਾ ਆ ਜਾਂਦਾ ਆਪਣੇ ਏਨਲ ਏਰੀਏ ਦੇ ਵਿਚ ਤੇ ਉਹ ਬਹੁਤ ਪੇਨਫੁਲ ਹੁੰਦਾ ਪੇਸ਼ੈਂਟ ਵਿਚਾਰਾ ਡਰਦਾ ਸਟੂਲ ਪਾਸ ਕਰਨ ਨਹੀਂ ਜਾਂਦਾ ਸਾਡੀ ਸਰਜਰੀ ਦੀ ਜਿਹੜੀ ਸਾਡੀ ਕਹਿ ਲੋ ਗ੍ਰੰਥ ਹੈ ਸਾਡਾ ਉਹਦੇ ਵਿਚ ਉਹਦੇ ਪੇਜ ਦੇ ਨਾ ਹੇਠਾਂ ਤੇ ਨਿੱਕੇ ਜੇ ਅੱਖਰਾਂ ਵਿਚ ਬੜੀਆਂ ਵਧੀਆ ਵਧੀਆ ਗੱਲਾਂ ਲਿਖੀਆਂ ਛੋਟੇ ਛੋਟੇ ਲਤੀਫੇ ਲਿਖੇ ਹੁੰਦੇ ਆ ਉਹ ਕਹਿੰਦੇ ਵੀ ਜਿਹੜੇ ਫਿਸ਼ਰ ਦੇ ਮਰੀਜ਼ ਆ ਨਾ ਉਹ ਸਿਰਫ ਸੈਟਰਡੇ ਨੂੰ ਹੀ ਸਟੂਲ ਪਾਸ ਕਰਦੇ ਆ ਉਹ ਵੀ ਜਦੋਂ ਆਪਣੇ ਟੋਇਲਟ ਚ ਜਾਂਦੇ ਆਪਣੇ ਨਾਲ ਸ਼ਰਾਬ ਦੀ ਪੂਰੀ ਬੋਤਲ ਲੈ ਕੇ ਜਾਂਦੇ ਇੰਨੀ ਕੁ ਲੈਣ ਲਿਖੀ ਆ ਬਈ ਉਹ ਫਿਸ਼ਰ ਇੰਨਾ ਦਰਦ ਹੁੰਦਾ ਬਈ ਉਹ ਬੰਦਾ ਸ਼ਰਾਬ ਦੀ ਬੋਤਲ ਪੀਂਦਾ ਫੇਰ ਉਹ ਸਟੂਲ ਪਾਸ ਕਰਦਾ ਉਹ ਬਵਾਸੀਰ ਨਹੀਂ ਹੁੰਦੀ ਉਹ ਫਿਸ਼ਰ ਹੁੰਦਾ ਸੋ ਬਵਾਸੀਰ ਦੇ ਵਿਚ ਜਿਹੜੇ ਆਪਣੇ ਉਹ ਕੁਸ਼ਨ ਨੇ ਤਿੰਨ ਕੁਸ਼ਨ ਉਹਨਾਂ ਦੀਆਂ ਪੋਜੀਸ਼ਨ ਵੀ ਹੁੰਦੀਆਂ ਐਨਾਟੋਮੀਕਲ ਪੋਜੀਸ਼ਨ ਜੇ ਗੱਲ ਕਰੀਏ ਯੂਜਲੀ ਉਹ ਤਿੰਨ ਥਾਵਾਂ ਤੇ ਮੇਨ ਉਹ ਕੰਸਨਟ੍ਰੇਟਿਡ ਬਲੱਡ ਵੈਸਲਸ ਤੇ ਕਨੈਕਟਿਡ ਟਿਸ਼ੂ ਹੁੰਦਾ ਇੱਕ 11 ਉਹ ਕਲੋਕ ਪੋਜੀਸ਼ਨ ਤੇ ਇੱਕ 3 ਉਹ ਕਲੋਕ ਤੇ ਇੱਕ 7 ਉਹ ਕਲੋਕ ਤੇ ਸੋ ਯੂਜਲੀ ਬਵਾਸੀਰਾਂ ਇੱਕ ਹੋ ਸਕਦੀ ਹੈ ਦੋ ਹੋ ਸਕਦੀਆਂ ਤਿੰਨ ਹੋ ਸਕਦੀਆਂ ਕਈ ਵਾਰੀ ਇਹਨਾਂ ਤਿੰਨਾਂ ਦੇ ਵਿੱਚ ਵੀ ਛੋਟੀਆਂ ਛੋਟੀਆਂ ਬਵਾਸੀਆਂ ਹੋ ਜਾਂਦੀਆਂ ਸੋ ਪ੍ਰਾਇਮਰੀ ਤੇ ਤਿੰਨ ਹੀ ਪਾਈਲ ਹੁੰਦੀਆਂ ਕਿਸੇ ਦੇ ਇੱਕ ਹੋ ਸਕਦੀ ਹੈ ਕਿਸੇ ਦੇ ਦੋ ਹੋ ਸਕਦੀਆਂ ਜੇ ਬਾਹਲੀ ਮਾੜੀ ਕਿਸਮਤ ਉਹਦੇ ਤਿੰਨ ਹੋ ਸਕਦੀਆਂ ਤੇ ਉਹਦੇ ਵਿੱਚ ਵਿੱਚ ਛੋਟੀਆਂ ਛੋਟੀਆਂ ਕਈ ਵਾਰੀ ਉਹਨਾਂ ਨੂੰ ਸੈਕੰਡਰੀ ਪਾਈਲ ਕਹਿ ਦਿੰਦੇ ਆ ਉਹ ਵੀ ਬਣ ਜਾਂਦੀ ਹੁਣ ਇਹ ਜਿਹੜੇ ਰੱਬ ਨੇ ਕੁਸ਼ਨ ਦਿੱਤੇ ਆ ਜਾਂ ਇਹ ਕੁਸ਼ਨ ਜਦੋਂ ਵੀ ਬੇਸਿਕਲੀ ਹੈਮਰਾਇਡ ਕਹਿੰਦੇ ਆ ਪਰ ਜਦੋਂ ਇਹ ਹੈਮਰਾਇਡ ਸੁੱਜ ਜਾਂਦੇ ਆ ਕਿਸੇ ਕਾਰਨ ਕਰਕੇ ਫੇਰ ਉਹ ਆਪਾਂ ਨੂੰ ਬਵਾਸੀਰ ਦੀ ਬਿਮਾਰੀ ਜਾਂ ਪਾਈਲ ਦੀ ਡਿਜ਼ੀਜ਼ ਦਿੰਦੇ ਸੋ ਹੈਮਰਾਇਡ ਡਿਜ਼ੀਜ਼ ਜੇ ਲਿਖਣਾ ਹੋਵੇ ਨਾ ਐਗਜੈਕਟ ਵਰਡ ਲਿਖਣਾ ਹੋਵੇ ਫਿਰ ਲਿਖਣਾ ਚਾਹੀਦਾ ਹੈਮਰਾਇਡ ਡਿਜ਼ੀਜ਼ ਜਾਂ ਪਾਈਲ ਡਿਜ਼ੀਜ਼ ਕਿਉਂਕਿ ਪਾਈਲ ਇੱਕ ਸੈਲਫ ਕੁਸ਼ਨ ਦਾ ਨਾਂ ਹੈ ਜਿਹੜਾ ਕਿ ਇੱਕ ਨਾਰਮਲ ਚੀਜ਼ ਹੈ ਉਹ ਕੁਸ਼ਨ ਕੀ ਕਰਦਾ ਉਹ ਆਪਾਂ ਨੂੰ ਜਦੋਂ ਸਟੂਲ ਉਸ ਕੁਸ਼ਨ ਦੇ ਕੋਲੇ ਪਹੁੰਚਦਾ ਉਹ ਆਪਾਂ ਨੂੰ ਫੀਲਿੰਗ ਦਿੰਦਾ ਸੈਂਸੇਸ਼ਨ ਦਿੰਦਾ ਬਈ ਕੋਈ ਉੱਤੋਂ ਚੀਜ਼ ਪ੍ਰੈਸ਼ਰ ਵਾਲੀ ਆ ਰਹੀ ਹੈ ਤੇ ਆਪਾਂ ਨੂੰ ਅਰਜ ਹੁੰਦੀ ਹੈ ਵੀ ਆਪਾਂ ਸਟੂਲ ਪਾਸ ਕਰੀਏ ਜੀ ਉਸ ਤੋਂ ਬਾਅਦ ਉਹ ਏਰੀਏ ਜਿਹੜਾ ਏਨਲ ਕਨਾਲ ਦਾ ਏਰੀਆ ਹੈ ਉਹਨੂੰ ਬੰਦ ਕਰਨ ਚ ਵੀ ਕਲੋਜ਼ ਕਰਨ ਦੇ ਵਿਚ ਵੀ ਥੋੜੀ ਬਹੁਤੀ ਸਹਾਇਤਾ ਦਿੰਦਾ ਜਿਨ ਕੰਟੀਨੈਂਟ ਵੀ ਆਪਣਾ ਸਟੂਲ ਵਧੀ ਨਾ ਜਾਵੇ ਉਹਨੂੰ ਵੀ ਹੈਲਪ ਕਰਨ ਵਿਚ ਕਿਸ਼ਨ ਸਹਾਇਤਾ ਦਿੰਦਾ ਜੀ ਤੇ ਉਦੋਂ ਹੇਠਲੇ ਟਿਸ਼ੂ ਨੂੰ ਕਿਤੇ ਹਾਰਡ ਸਟੂਲ ਨਾਲ ਇੰਜਰੀ ਨਾ ਹੋ ਜਾਏ ਉਹਨੂੰ ਵੀ ਉਹ ਕੁਸ਼ਨ ਜਿਹੜਾ ਉਹ ਪ੍ਰੋਟੈਕਟ ਕਰਦਾ ਹੁਣ ਹੈਮੋਰਾਇਡ ਦੇ ਵਿਚ ਹੁੰਦਾ ਕੀ ਹੈ ਬੇਸਿਕਲੀ 50% ਜਿਹੜੀ ਪਾਪੂਲੇਸ਼ਨ ਹੈ ਨਾ
by the age of 50 ਉਹ ਕਿਸੇ ਨਾ ਕਿਸੇ ਟਾਈਮ ਹੈਮੋਰਾਇਡ ਤੋਂ ਜ਼ਰੂਰ ਸਫਰ ਕਰਦੀ 50% ਆਫ ਪਾਪੂਲੇਸ਼ਨ ਅਪ ਟੂ ਦਾ ਏਜ ਆਫ 50 ਈਅਰਸ ਬੜੀ ਵੱਡੀ ਫਿਗਰ ਹੈ ਜੀ ਬਹੁਤ ਮੇਲ ਤੇ ਫੀਮੇਲ ਮੇਲ ਤੇ ਫੀਮੇਲ ਦੋਵੇਂ ਜਿਹੜੇ ਹੈ ਉਹਨਾਂ ਨੂੰ ਬਰਾਬਰੀ ਬਵਾਸੀਰ ਹੁੰਦੀ ਹੈ ਪਰ ਔਰਤਾਂ ਥੋੜੀਆਂ ਜਿਹੀਆਂ ਸ਼ਰਮਾਉਂਦੀਆਂ ਇਸ ਲਈ ਉਹ ਟਰੀਟਮੈਂਟ ਘੱਟ ਕਰਾਉਂਦੀਆਂ ਮੇਲ ਪੇਸ਼ੈਂਟ ਕਈ ਵਾਰੀ ਟਰੀਟਮੈਂਟ ਜਿਹੜੇ ਬਵਾਸੀਰ ਦਾ ਉਹ ਛੇਤੀ ਕਰਵਾ ਜਾਂਦੇ ਆ ਬਜਾਏ ਕਿ ਫੀਮੇਲ ਦੇ ਪਰ ਮੇਲ ਤੇ ਫੀਮੇਲ ਚ ਬਵਾਸੀਰ ਬਰਾਬਰ ਹੁੰਦੀ ਜੀ ਇਹਦੇ ਕੁਝ ਰਿਸਕ ਫੈਕਟਰ ਨੇ ਜਿਹਦੇ ਚ ਬਵਾਸੀਰ ਦੇ ਹੋਣ ਦੇ ਜ਼ਿਆਦਾ ਚਾਂਸਿਸ ਹੈ ਕਿਤੇ ਐਡਵਾਂਸਿੰਗ ਏਜ ਉਦੋਂ ਬਾਅਦ ਪ੍ਰਲੋਂਗ ਸਿਟਿੰਗ ਜਿਹੜੇ ਲੋਕਾਂ ਨੂੰ ਹਜੇ ਪਤਾ ਨੀ ਕੋਈ ਸਟੱਡੀ ਹੋਈ ਹੈ ਕਿ ਨਹੀਂ ਹੋਈ ਜੇ ਮੈਂ ਕਿਸੇ ਕਾਲਜ ਦਾ ਪ੍ਰੋਫੈਸਰ ਹੁੰਦਾ ਤੇ ਮੈਂ ਜ਼ਰੂਰ ਇਹ ਥੀਸਿਸ ਕਰਾਉਣਾ ਸੀ ਆਪਣੇ ਸਟੂਡੈਂਟ ਨੂੰ ਚਲੋ ਮੈਂ ਹੋਰ ਪਾਸੇ ਪ੍ਰਾਈਵੇਟ ਪ੍ਰੈਕਟਿਸ ਤੇ ਆ ਗਿਆ ਐਜੂਕੇਸ਼ਨ ਲਾਈਨ ਚ ਨਹੀਂ ਗਿਆ ਬਈ ਮੋਬਾਈਲ ਆਉਣ ਤੋਂ ਬਾਅਦ ਕੀ ਬਵਾਸੀਰ ਵਧੀ ਹੈ ਕਿ ਨਹੀਂ ਵਧੀ ਇਹ ਮੇਰੇ ਦਿਮਾਗ ਚ ਕੁਐਸਚਨ ਆਉਂਦਾ ਕਿਉਂਕਿ ਆਪਾਂ ਜਾਣਦੇ ਹਾਂ ਮੈਂ ਆਪਣੀ ਆਦਤ ਵੀ ਹੈ ਕਈ ਲੋਕਾਂ ਦੀ ਚੰਗੇ ਚੰਗੀ ਆਦਤ ਹੈ ਹਾਈਜੀਨਿਕ ਆਦਤ ਹੈ ਆਦਤ ਹੈ ਵੀ ਆਪਣਾ ਮੋਬਾਈਲ ਟੋਇਲਟ ਚ ਨਹੀਂ ਲਿਜਾਣਾ ਚਾਹੀਦਾ ਪਰ ਮੈਂ ਲੈ ਜਾਂਦਾ ਬਹੁਤ ਲੋਕ ਲੈ ਜਾਂਦੇ ਆ ਠੀਕ ਹੈ ਤੇ ਉਹ ਸਟੂਲ ਪਾਸ ਕਰਕੇ ਜੇ ਉਹ ਕੋਈ ਚੀਜ਼ ਆਪਣੇ ਮੋਬਾਈਲ ਤੇ ਪੜ ਰਹੇ ਹੈ ਜਾਂ ਕੋਈ ਉਹ ਟੈਕਸਟ ਕਰ ਰਹੇ ਹੈ ਉਹ ਅਨਸੈਸਰੀ ਉੱਥੇ ਸਿਟਿੰਗ ਕਰ ਰਹੇ ਹੈ ਸੋ ਉਹ ਜਿਹੜੀ ਪ੍ਰਲੋਂਗਡ ਸਿਟਿੰਗ ਹੈ ਕਈਆਂ ਨੂੰ ਅਖਬਾਰ ਪੜ੍ਹਨ ਦੀ ਆਦਤ ਹੈ ਨਾਵਲ ਪੜ੍ਹਨ ਦੀ ਆਦਤ ਹੈ ਜਦੋਂ ਮੋਬਾਈਲ ਨਹੀਂ ਸੀ ਹੁੰਦਾ ਉਦੋਂ ਅੰਦਰ ਬਹਿ ਕੇ ਨਾਵਲ ਪੜ੍ਹੀ ਜਾਂਦੇ ਸੀ ਜਿੰਨਾ ਚਿਰ ਉਹ ਨਾਵਲ ਦੇ ਇੰਨੇ ਪੇਜ ਮੁੱਕਦੇ ਨਹੀਂ ਸੀ ਉੱਥੇ ਟੋਇਲਟ ਤੇ ਦੇਖੇ ਆ ਲੇਕਿਨ ਹੁਣ ਅੱਜ ਕੱਲ ਸਾਰੇ ਘਰਾਂ ਦੇ ਵਿੱਚ ਜਿਹੜੀਆਂ ਸੀਟਾਂ ਹੈਗੀਆਂ ਉਹ ਕੁਰਸੀ ਵਾਲੀਆਂ ਸੀਟਾਂ ਜਿਵੇਂ ਆ ਗਈਆਂ ਉੱਥੇ ਬਹਿਣਾ ਵੀ ਸੌਖਾ ਬਹਿ ਕੇ ਆਰਾਮ ਨਾਲ ਪੜ੍ਹੀ ਜਾਂਦੇ ਆ ਜੀ ਜਿਹੜੀ ਇਹ ਪ੍ਰਲੋਂਗ ਸਿਟਿੰਗ ਹੈ ਇਟ ਆਈ ਥਿੰਕ ਇਟ ਇਜ਼ ਆਲਸੋ ਵੈਰੀ ਇੰਪੋਰਟੈਂਟ ਰਿਸਕ ਫੈਕਟਰ ਫਾਰ ਹੈਮਰਾਇਡਸ ਉਦੋਂ ਦਾ ਸਟ੍ਰੇਨਿੰਗ ਅਨਸੈਸਰੀ ਜੇ ਸਟ੍ਰੇਨ ਕਰਨ ਪੈਂਦਾ ਸਟੂਲ ਪਾਸ ਕਰਨ ਲਈ ਦੈਟ ਇਜ਼ ਅ ਰਿਸਕ ਫੈਕਟਰ ਕਰੋਨਿਕ ਕੌਨਸਟੀਪੇਸ਼ਨ ਇਜ਼ ਅ ਵੈਰੀ ਵੈਰੀ ਬਿਗ ਰਿਸਕ ਫੈਕਟਰ ਉਦੋਂ ਬਾਅਦ ਕੱਲੀ ਕੌਨਸਟੀਪੇਸ਼ਨ ਨੂੰ ਜਿਨ੍ਹਾਂ ਲੋਕਾਂ ਨੂੰ ਡਾਇਰੀਆ ਲੱਗਾ ਰਹਿੰਦਾ ਉਹਨਾਂ ਨੂੰ ਵੀ ਬਵਾਸੀਰ ਹੋ ਜਾਂਦੀ ਸੋ ਕਰੋਨਿਕ ਕੌਨਸਟੀਪੇਸ਼ਨ ਐਜ ਵੈਲ ਐਜ਼ ਡਾਇਰੀਆ ਇਹ ਦੋਵੇਂ ਚੀਜ਼ਾਂ ਬਵਾਸੀਰ ਲਈ ਰਿਸਕ ਫੈਕਟਰ ਨੇ ਉਦੋਂ ਬਾਅਦ ਪ੍ਰੈਗਨੈਂਸੀ ਇਜ਼ ਅ ਰਿਸਕ ਫੈਕਟਰ ਕਿਉਂਕਿ ਪ੍ਰੈਗਨੈਂਸੀ ਦੇ ਵਿੱਚ ਜਦੋਂ ਪੇਟ ਦੇ ਅੰਦਰ ਬੱਚਾ ਆ ਜਾਂਦਾ ਉਹਦਾ ਸਾਈਜ਼ ਵੱਡਾ ਹੋ ਜਾਂਦਾ ਉਹ ਹੇਠਲੇ ਪਾਸੇ ਨੂੰ ਪ੍ਰੈਸ਼ਰ ਬਹੁਤ ਪੈਣਾ ਸ਼ੁਰੂ ਹੋ ਜਾਂਦਾ ਉਹ ਵੀਨਸ ਹੈ ਜਿਹੜੀਆਂ ਉਹ ਕੁਸ਼ਨ ਹੈ ਉਹਨਾਂ ਦੇ ਵਿੱਚ ਜਿਹੜਾ ਬਲੱਡ ਹੈ ਬਹੁਤ ਜ਼ਿਆਦਾ ਚਿਰ ਲਈ ਸਟੇ ਰਹਿੰਦਾ ਸੋ ਪ੍ਰੈਗਨੈਂਸੀ ਇਜ਼ ਆਲਸੋ ਅ ਰਿਸਕ ਫੈਕਟਰ ਪ੍ਰੈਗਨੈਂਟ ਫੀਮੇਲ ਨੂੰ ਜਿਹੜੀ ਬਵਾਸੀਰ ਹੈ ਉਹ ਕਾਫੀ ਜ਼ਿਆਦਾ ਹੋ ਜਾਂਦੀ ਹੈ ਉਸ ਤੋਂ ਬਾਅਦ ਜੇ ਕਈ ਵਾਰੀ ਕੋਈ ਪਹਿਲੇ ਟਿਊਮਰ ਹੈ ਕੋਈ ਬੱਚੇ ਦਾ ਬਹੁਤ ਵੱਡੀ ਟਿਊਮਰ ਹੈ ਓਵਰੀ ਟਿਊਮਰ ਹੈ ਉਹਦੇ ਕਰਕੇ ਵੀ ਬਵਾਸੀਰ ਹੋ ਜਾਂਦੀ ਜੀ ਹੁਣ ਬਵਾਸੀਰ ਦੇ ਸਾਈਨ ਸਿਮਟਮ ਕੀ ਹੈ ਜੇ ਹੈ ਸਿਮਟਮ ਮੈਂ ਕਹਾਂ ਕਿਉਂਕਿ ਸਾਈਨ ਤੇ ਡਾਕਟਰ ਵੇਖਦਾ ਸਿਮਟਮ ਮਰੀਜ਼ ਦੱਸਦਾ ਜੀ 40% ਲੋਕਾਂ ਨੂੰ ਕੋਈ ਸਿਮਟਮ ਨਹੀਂ ਹੁੰਦਾ ਪਰ ਉਹਨਾਂ ਦੇ ਜਿਹੜੇ ਉਹ ਏਨਲ ਕੁਸ਼ਨ ਨੇ ਉਹ ਇਨਫਲੇਮਡ ਥੋੜੇ ਬਹੁਤੇ ਹੋਏ ਹੁੰਦੇ ਆ ਵੱਡੇ ਹੋਏ ਹੁੰਦੇ ਆ ਸੋਜ ਪਈ ਹੁੰਦੀ ਹੈ ਪਰ ਉਹਨਾਂ ਕੋਈ ਉਹਨਾਂ ਨੂੰ ਤਕਲੀਫ ਨਹੀਂ ਹੁੰਦੀ 40% ਲੋਕਾਂ ਸਾਰਿਆਂ ਤੋਂ ਜਿਹੜਾ ਜ਼ਰੂਰੀ ਸਿੰਪਟਮ ਹੈ ਉਹ ਹੈ ਰੈਕਟਲ ਬਲੀਡਿੰਗ ਮਰੀਜ਼ ਜਦੋਂ ਸਟੂਲ ਪਾਸ ਕਰਨ ਜਾਂਦਾ ਉਹ ਕਹਿੰਦਾ ਜੀ ਮੇਰੇ ਲੈਟਰੀ ਨਾਲ ਜਾਂ ਲੈਟਰੀ ਆਉਣ ਤੋਂ ਪਹਿਲਾਂ ਜਾਂ ਲੈਟਰੀ ਆਉਣ ਤੋਂ ਬਾਅਦ ਖੂਨ ਆਉਂਦਾ ਜੀ ਤੇ ਮੇਰਾ ਜਿਹੜਾ ਕਮੋਡ ਹੈ ਉਹ ਐਨ ਲਾਲ ਰੰਗ ਨਾਲ ਭਰ ਜਾਂਦਾ
ਕਈ ਵਾਰੀ ਤੁਬਕੇ ਵੀ ਡਿੱਗਦੇ ਹੈ, ਕਈ ਵਾਰੀ ਤਸੀਰੀ ਵੀ ਪੈਂਦੀ ਹੈ। ਇਸ ਤਰ੍ਹਾਂ ਦੀ ਬਲੀਡਿੰਗ ਹੁੰਦੀ ਹੈ ਪਾਈਪ ਦੇ ਵਿਚ। ਜਿਹੜਾ ਫਿਸ਼ਰ ਹੁੰਦਾ ਓਹਦੇ ਵਿਚ ਕਈ ਵਾਰੀ ਬਲੀਡਿੰਗ ਹੁੰਦੀ ਹੈ, ਜਸਟ ਇੱਕ ਸਟ੍ਰੀਕ ਤੁਹਾਡੇ ਸਟੂਲ ਨਾਲ ਲੱਗੀ ਆਉਂਦੀ ਹੈ, ਦੈਟ ਇਜ ਨਾਟ ਪਾਈਪ। ਪਾਈਪ ਦੇ ਵਿਚ ਐ ਜਿਵੇਂ ਡ੍ਰੋਪ ਡਿੱਗਦੇ ਆ ਨਾ ਬਲੱਡ ਦੇ, ਐ ਬਲੱਡ ਡਿੱਗਦਾ ਤੇ ਕਈ ਵਾਰੀ ਮਰੀਜ਼ ਜਿਹੜਾ ਧਿਆਨ ਨੀ ਦਿੰਦੇ। ਸੋ ਮੈਂ ਐਡਵਾਈਸ ਕਰੂੰਗਾ ਵੀ ਜਦੋਂ ਵੀ ਸਟੂਲ ਪਾਸ ਕਰੋ, ਜਦੋਂ ਤੁਸੀਂ ਆਪਣੇ ਟੋਇਲਟ ਸੀਟ ਤੋਂ ਉੱਠਣ ਲੱਗਦੇ ਆ, ਮਾੜਾ ਜਿਹਾ ਆਪਣੇ ਸਟੂਲ ਵੱਲ ਜ਼ਰੂਰ ਧਿਆਨ ਮਾਰੋ। ਜੇ ਤੁਹਾਡਾ ਬੱਚਾ ਛੋਟਾ ਉਹਦੇ ਵੀ ਸਟੂਲ ਵੱਲ ਧਿਆਨ ਮਾਰੋ। ਮੈਂ ਤੇ ਵੇਖੋ ਈਵਨ ਜਦੋਂ ਮੇਰਾ ਹੁਣ ਡੋਗ ਸਵੇਰੇ ਪੋਟੀ ਕਰਦਾ ਨਾ, ਮੈਂ ਉਹਦਾ ਸਟੂਲ ਵੀ ਵੇਖਿਆ। ਠੀਕ ਹੈ। ਇਸ ਲਈ ਕਈ ਵਾਰੀ ਕੀ ਹੁੰਦਾ, ਮਰੀਜ਼ ਸਟੂਲ ਪਾਸ ਕਰੀ ਜਾਂਦਾ, ਉਹ ਵਾਸ਼ ਕਰ ਲੈਂਦਾ ਆਪਣਾ ਪਾਸ, ਉਦੋਂ ਬਾਅਦ ਉਹ ਫਲੱਸ਼ ਕਰ ਦਿੰਦਾ, ਵੇਖਦਾ ਨੀ, ਧਿਆਨ ਨੀ ਉਧਰ ਮਾਰਦਾ ਵੀ ਇਹ ਇਧਰ ਗੰਦੀ ਚੀਜ਼ ਆ, ਮੈਂ ਨੀ ਇਧਰ ਧਿਆਨ ਨੀ ਦੇਣਾ। ਉਹ ਪਤਾ ਨੀ ਕਿੰਨੇ ਦਿਨ ਉਹ ਆਪਣਾ ਕਿੰਨਾ ਬਲੱਡ ਫਲੱਸ਼ ਆਊਟ ਕਰ ਦਿੰਦਾ ਤੇ ਉਹਦਾ ਖੂਨ ਰਹਿ ਜਾਂਦਾ 3 ਗ੍ਰਾਮ। ਮਰੀਜ਼ ਮੇਰੇ ਕੋਲ ਆਉਂਦੇ ਆ ਜਿਨ੍ਹਾਂ ਦਾ ਖੂਨ ਕਿਸੇ ਦਾ 3 ਗ੍ਰਾਮ ਹੈ, 4 ਗ੍ਰਾਮ ਹੈ, 5 ਗ੍ਰਾਮ ਹੈ, ਮੈਂ ਉਹਨਾਂ ਨੂੰ ਪਹਿਲਾਂ ਹੀ ਸਵਾਲ ਪੁੱਛਦਾ ਵੀ ਬਵਾਸੀਰ ਤੇ ਨੀ? ਉਹਦੇ ਕਿਤੇ ਦੱਸ ਦਿੰਦੇ ਆ, ਹਾਂਜੀ ਮੈਨੂੰ ਤਾਂ ਇੰਨੇ ਚਿਰ ਦਾ ਖੂਨ ਆਈ ਜਾਂਦਾ। ਸੋ ਆਪਣੇ ਫੀਕਲ ਮੈਟਰ ਨੂੰ ਭਾਵੇਂ ਹਫ਼ਤੇ ਚ ਇੱਕ ਵਾਰੀ ਵੇਖ ਲੋ, ਜੇ ਤੁਹਾਨੂੰ ਲੱਗਦਾ ਵੀ ਮੈਨੂੰ ਥੋੜੀ ਜਿਹੀ ਕੋਨਸਟੀਪੇਸ਼ਨ ਰਹਿੰਦੀ ਹੈ, ਦੈਨ ਡੂ ਲੁੱਕ ਕਿਤੇ ਵੀ ਬਵਾਸੀਰ ਤੇ ਨੀ। ਉਦੋਂ ਬਾਅਦ ਮਾਈਲਡ ਫੀਕਲ ਇਨਕੋਂਟੀਨੈਂਸ ਵੀ ਕਈਆਂ ਨੂੰ ਹੋ ਜਾਂਦੀ ਹੈ ਜਿਨ੍ਹਾਂ ਨੂੰ ਲੰਮਾ ਸਿਰ ਬਵਾਸੀਰ ਰਹਿੰਦੀ ਹੈ, ਉਹ ਏਰੀਆ ਥੋੜਾ ਜਿਹਾ ਉੱਥੇ ਉਹਨਾਂ ਨੂੰ ਵੈਟ ਵੈਟ ਲੱਗਦਾ ਰਹਿੰਦਾ, ਉਹਨਾਂ ਦਾ ਅੰਡਰ ਦੀ ਏਰੀਆ ਪੈਂਟੀ ਜਿਹੜੀ ਹੈਗੀ ਹੈ ਉਹ ਵੈਟ ਰਹਿੰਦੀ ਹੈ, ਉੱਥੇ ਥੋੜਾ ਜਿਹਾ ਲੀਕਸ ਡਿਸਚਾਰਜ ਉਹਨਾਂ ਨੂੰ ਲੱਗਿਆ ਰਹਿੰਦਾ, ਜਾਂ ਉਹਨਾਂ ਨੂੰ ਇੱਕ ਫੁੱਲਨੈਸ ਦੀ ਸੈਂਸਿਸ ਵੀ ਰਹਿੰਦੀ ਹੈ ਵੀ ਮੇਰੇ ਉਸ ਜਿੱਥੋਂ ਸਟੂਲ ਮੇਰਾ ਬਾਹਰ ਆਉਂਦਾ ਉਹ ਮੇਰਾ ਏਰੀਆ ਭਰਿਆ ਜਿਹਾ ਰਹਿੰਦਾ। ਇਹ ਵੀ ਸਿੰਪਟਮ ਕਈ ਪੇਸ਼ੈਂਟਸ ਨੂੰ ਆ ਜਾਂਦੇ ਆ। ਇਰੀਟੇਸ਼ਨ ਹੋ ਜਾਂਦੀ ਹੈ, ਇਸੇ ਹੋ ਜਾਂਦੀ ਹੈ। ਬਵਾਸੀਰ ਦੇ ਵਿੱਚ ਆਮ ਤੌਰ ਤੇ ਪੇਨ ਨਹੀਂ ਹੁੰਦੀ। ਇਨ ਹੈਮਰਾਇਡਸ ਐਂਡ ਪਾਈਲਸ ਦਾ ਰੈਕਟਲ ਬਲੀਡਿੰਗ ਇਜ ਯੂਜਲੀ ਪੇਨਲੈਸ। ਇਸੇ ਲਈ ਮਰੀਜ਼ਾਂ ਦਾ ਕਈ ਵਾਰੀ ਹੀਮੋਗਲੋਬਿਨ ਕਾਫੀ ਡਾਊਨ ਚਲਿਆ ਜਾਂਦਾ ਕਿਉਂਕਿ ਉਹਨਾਂ ਨੂੰ ਕੋਈ ਪੇਨ ਹੁੰਦੀ ਨੀ, ਸਟੂਲ ਨੂੰ ਉਹ ਵੇਖਦੇ ਨੀ। ਅੱਜ ਕੱਲ ਨਵੀਆਂ ਚੀਜ਼ਾਂ ਆ ਗਈਆਂ ਜਿਨ੍ਹਾਂ ਦੇ ਨਾਲ ਆਪਾਂ ਆਪਣਾ ਏਰੀਆ ਵਾਸ਼ ਕਰ ਦਿੰਦੇ ਹਾਂ, ਹੱਥ ਆਪਣਾ ਉੱਥੇ ਕਿਤੇ ਲੱਗਦਾ ਨੀ, ਉਹ ਸਾਰਾ ਕੁਛ ਪਾਣੀ ਦੇ ਵਿੱਚ ਰਹਿ ਜਾਂਦਾ, ਉਦੋਂ ਹੀ ਪਤਾ ਲੱਗਦਾ ਜਦੋਂ ਹੀਮੋਗਲੋਬਿਨ ਘੱਟ ਜਾਂਦਾ। ਉਸ ਤੋਂ ਬਾਅਦ ਇਹਦੇ ਬਵਾਸੀਰ ਬੜੀ ਪੁਰਾਣੀ ਬਿਮਾਰੀ ਹੈ, 1700 BC ਤੋਂ ਪਹਿਲਾਂ ਕਹਿੰਦੇ ਕੁਛ ਕੇਸ ਵੇਖਿਆ ਗਿਆ ਸੀ ਬਵਾਸੀਰ ਦਾ, ਤੇ ਹੁਣ ਆਪਾਂ ਕਿਹੜੀ ਸਦੀ ਤੁਰੇ ਜਾਂਦੇ ਹਾਂ, ਪਰ ਹਜੇ ਤੱਕ ਵੀ 100% ਵੀ ਇਹ ਬਿਮਾਰੀ ਕਿਉਂ ਹੈ ਇਹਦੇ ਕਾਰਨ ਦਾ ਪਤਾ ਨਹੀਂ ਲੱਗਿਆ। ਹਾਈਪੋਥੀਸਿਸ ਨੇ ਵੱਖਰੇ ਵੱਖਰੇ, ਇੱਕ ਤੇ ਕਹਿ ਦਿੰਦੇ ਆ ਵੀ ਉਹ ਜਿਹੜੀਆਂ ਵੈਸਲਸ ਹੈ ਉਹਦੀ ਇਨਫਲੇਮੇਸ਼ਨ ਹੋ ਜਾਂਦੀ ਹੈ, ਸੋਜ ਹੋ ਜਾਂਦੀ ਹੈ, ਮੋਟੇ ਜੇ ਲੱਗ ਜਾਂਦੇ ਨੇ। ਉਦੋਂ ਬਾਅਦ ਕਹਿ ਦਿੰਦੇ ਆ ਬਈ ਬੇਸਿਕਲੀ ਜਿਹੜਾ ਆਹ ਆਪਣਾ ਏਰੀਆ ਹੈ ਨਾ ਜਿੱਥੋਂ ਸਟੂਲ ਬਾਹਰ ਆਉਂਦਾ, ਇਹ ਆਪਣੇ ਬਾਡੀ ਦਾ ਬਹੁਤ ਇੰਪੋਰਟੈਂਟ ਏਰੀਆ ਹੈ, ਕਿਉਂਕਿ ਜਦੋਂ ਕਿਤੇ ਇੱਥੇ ਗੜਬੜ ਹੋ ਜੇ ਤੇ ਮਰੀਜ਼ ਦੀ ਜਿਹੜੀ ਹਾਲਤ ਹੁੰਦੀ ਹੈ ਨਾ ਉਹ ਕਾਫੀ ਤਰਸਯੋਗ ਹੋ ਜਾਂਦੀ ਹੈ। ਇਸ ਏਰੀਏ ਨੂੰ ਆਪਣੇ ਸਟੂਲ ਨੂੰ ਕੰਟਰੋਲ ਕਰਨ ਲਈ 2 ਸਫਿੰਟਰ ਰੱਬ ਨੇ ਦਿੱਤੇ ਆ, ਇੱਕ ਨੂੰ ਐਕਸਟਰਨਲ ਸਫਿੰਟਰ ਕਹਿੰਦੇ, ਇੱਕ ਨੂੰ ਇੰਟਰਨਲ ਸਫਿੰਟਰ ਕਹਿੰਦੇ ਆ। ਜਦੋਂ ਇਹਨਾਂ ਸਫਿੰਟਰਸ ਦੀ ਟੋਨ ਇਨਕਰੀਜ਼ ਹੋ ਜਾਂਦੀ ਹੈ ਉਦੋਂ ਕਹਿ ਦਿੰਦੇ ਆ ਕਈ ਵਾਰੀ ਬਵਾਸੀਰ ਹੋ ਜਾਂਦੀ ਹੈ। ਮਤਲਬ ਜਿਵੇਂ ਰਬੜ ਹੁੰਦੀ ਹੈ ਨਾ, ਰੱਬ ਨੇ ਇਹੋ ਜਿਹੇ ਮਸਲ ਬਣਾਇਆ, ਉਹ ਰਬੜ ਵਾਂਗੂ ਉਹ ਬੰਦ ਰੱਖਦੇ ਆਪਣਾ ਏਰੀਆ, ਜਦੋਂ ਸਟੂਲ ਪਾਸ ਹੁੰਦਾ ਉਦੋਂ ਹੀ ਉਹ ਖੁੱਲਦੇ ਆ ਫਿਰ ਬੰਦ ਹੋ ਜਾਂਦੇ, ਉਹਨੂੰ ਸਫਿੰਕਟਰ ਕਹਿੰਦੇ ਆ।
ਸੋ ਉਹਨਾਂ ਦੀ ਟੋਨ ਜਦੋਂ ਵੱਧ ਜਾਂਦੀ ਹੈ ਕਈ ਵਾਰੀ ਬਵਾਸੀਰ ਹੋ ਜਾਂਦੀ ਹੈ, ਕਈ ਵਾਰੀ ਜਿਹੜੇ ਉਹ ਕੁਸ਼ਨ ਦੇ ਉਹਨਾਂ ਦੇ ਵਿੱਚ ਜਿਹੜਾ ਕਨੈਕਟਿਵ ਟਿਸ਼ੂ ਹੈ ਉਹਦੀ ਜੇ ਡਿਟੀਰੀਓਰੇਸ਼ਨ ਹੋ ਜਾਵੇ, ਉਹਨਾਂ ਚ ਕੋਈ ਖਰਾਬੀ ਆ ਜਾਵੇ, ਉਹਨਾਂ ਦੀ ਬਣਤਰ ਵਿੱਚ ਵੀਕਨੈਸ ਆ ਜਾਵੇ ਤਾਂ ਬਵਾਸੀਰ ਹੋ ਜਾਂਦੀ ਹੈ। ਉਦੋਂ ਬਾਅਦ ਹੈਰਡਟੈਰੀ ਇੱਕ ਜ਼ਰੂਰ ਇਹਦੇ ਚ ਇੰਪੋਰਟੈਂਟ ਫੈਕਟਰ ਹੈ ਬਵਾਸੀਰ ਦੇ ਵਿੱਚ। ਕਈ ਵਾਰੀ ਫੈਮਿਲੀ ਦੇ ਵਿੱਚ ਵੀ ਕਈ ਮੈਂਬਰਸ ਨੂੰ ਇਹ ਪੁਸ਼ਤਾਨੀ ਕਹਿ ਲਓ ਬਵਾਸੀਰ ਦੀ ਤਕਲੀਫ ਰਹਿ ਸਕਦੀ ਹੈ। ਉਸ ਤੋਂ ਬਾਅਦ ਤੇ ਉਹ ਟੈਕਨੀਕਲ ਦੀ ਚੀਜ਼ ਆ, ਉਹ ਮੈਂ ਤੁਹਾਨੂੰ ਨਹੀਂ ਦੱਸਣਾ ਚਾਹੁੰਦਾ, ਉਹ ਸਾਡੇ ਡਾਕਟਰਾਂ ਲਈ ਹੈ ਫੈਕਟਰ ਜਿਹੜਾ ਉਹ ਮੋਟਾ ਮੋਟਾ ਜਿਹਾ ਮੈਂ ਤੁਹਾਨੂੰ ਇਹਦੇ ਕਾਰਨਾਂ ਬਾਰੇ ਇਹ ਚਾਨਣਾ ਪਾਇਆ। ਉਸ ਤੋਂ ਬਾਅਦ ਇਹਦਾ ਡਾਇਗਨੋਜ ਕਿਵੇਂ ਹੁੰਦਾ ਬਵਾਸੀਰ ਦਾ, ਉਹਦੇ ਤੋਂ ਪਹਿਲਾਂ ਮੈਂ ਤੁਹਾਨੂੰ ਮਾੜਾ ਜਿਹਾ ਦੱਸ ਦਿਆਂ ਵੀ ਬਵਾਸੀਰ ਦੇ ਵੀ ਨਾ ਗ੍ਰੇਡ ਹੁੰਦੇ ਆ, ਇੱਕ ਦੋ ਤਿੰਨ ਚਾਰ ਗ੍ਰੇਡ ਹੁੰਦੇ ਬਵਾਸੀਰ ਦੇ। ਉਹ ਹੁੰਦਾ ਵੀ ਜੇ ਇਕੱਲੀ ਬਲੀਡਿੰਗ ਹੋ ਰਹੀ ਹੈ ਤੁਹਾਨੂੰ, ਉਹ ਮੌਕਾ ਤੋਂ ਬਾਹਰ ਨਹੀਂ ਆਉਂਦਾ, ਉਹ ਗ੍ਰੇਡ ਇੱਕ ਹੁੰਦਾ। ਜੇ ਉਹ ਮੌਕਾ ਜਦੋਂ ਤੁਸੀਂ ਸਟੂਲ ਥੋੜਾ ਜਿਹਾ ਪਾਸ ਕਰਦੇ ਆ, ਉਹ ਮੌਕਾ ਉਹਦੇ ਨਾਲ ਥੋੜਾ ਜਿਹਾ ਬਾਹਰ ਆ ਜਾਂਦਾ, ਜਦੋਂ ਸਟੂਲ ਆਪਣਾ ਥਾਂ ਡਿੱਗ ਪੈਂਦਾ ਉਹ ਮੌਕਾ ਫਿਰ ਅੰਦਰ ਚਲਿਆ ਜਾਂਦਾ ਆਪਣੇ ਆਪ ਹੀ। ਇਹਨੂੰ ਗ੍ਰੇਡ ਟੂ ਦੀ ਬਵਾਸੀਰ ਕਹਿੰਦੇ। ਨੰਬਰ ਤਿੰਨ ਹੈ ਜਦੋਂ ਤੁਸੀਂ ਸਟੂਲ ਪਾਸ ਕਰਦੇ ਆ, ਉਹ ਜਿਹੜਾ ਮੌਕਾ ਹੈ ਉਹ ਬਾਹਰ ਆ ਜਾਂਦਾ, ਉਦੋਂ ਬਾਅਦ ਉਹ ਅੰਦਰ ਨਹੀਂ ਜਾਂਦਾ ਆਪ, ਉਹ ਹੱਥ ਨਾਲ ਪੇਸ਼ੈਂਟ ਨੂੰ ਉਹ ਉਸ ਜਿਹੜਾ ਉਸ ਬਾਲ ਜੀ ਹੈਗੀ ਹੈ ਉਹਨੂੰ ਅੰਦਰ ਕਰਨਾ ਪੈਂਦਾ। ਉਹ ਮਰੀਜ਼ ਨੂੰ ਪਤਾ ਲੱਗ ਜਾਂਦਾ ਵੀ ਇੱਕ ਮੌਕਾ ਬਾਹਰ ਆਇਆ ਕਿ ਦੋ ਆਏ ਆ ਕਿ ਤਿੰਨ ਆਏ ਆ, ਉਹ ਦੱਸ ਦਿੰਦਾ ਪੇਸ਼ੈਂਟ। ਡਾਕਟਰ ਤੁਹਾਨੂੰ ਇਕੱਲੀ ਹਿਸਟਰੀ ਲੈ ਕੇ ਤੁਹਾਡਾ ਡਾਇਗਨੋਜ ਬਣਾ ਸਕਦਾ ਵੀ ਬਵਾਸੀਰ ਹੈ ਕਿ ਨਹੀਂ ਹੈ। ਉਹ ਜਿਹੜਾ ਜਦੋਂ ਹੱਥ ਨਾਲ ਅੰਦਰ ਕਰਨਾ ਪੈਂਦਾ ਉਹ ਥਰਡ ਡਿਗਰੀ ਦੀ ਬਵਾਸੀਰ ਹੈ, ਤੇ ਜਦੋਂ ਫਿਰ ਉਹ ਮੌਕਾ ਹੱਥ ਨਾਲ ਵੀ ਨਹੀਂ ਅੰਦਰ ਜਾਂਦਾ ਬਾਹਰ ਹੀ ਰਹਿੰਦਾ ਉਹ ਫੋਰਥ ਡਿਗਰੀ ਦੀ ਬਵਾਸੀਰ ਹੈ। ਸੋ ਇਹਦਾ ਡਾਇਗਨੋਜ ਕਰਨ ਲਈ ਡਾਕਟਰ ਤੁਹਾਨੂੰ ਲਟਾ ਕੇ ਦੇਖੂਗਾ, ਹੁਣ ਵੇਖਣਾ ਤੇ ਮਗਰਲੇ ਪਾਸੋਂ ਹੈ, ਉਹ ਤੁਹਾਨੂੰ ਕਹਿ ਦੂਗਾ ਵੀ ਪਹਿਲਾਂ ਸਿੱਧਾ ਪੈ ਜਾ, ਉਹ ਤੁਹਾਡੇ ਬਾਹਰਲੇ ਦੇਸ਼ਾਂ ਦੇ ਵਿੱਚ ਥੋੜੀ ਜਿਹੀ ਜ਼ਿਆਦਾ ਸਪੈਸੀਫਿਕੇਸ਼ਨ ਹੈ, ਉਹ ਤੁਹਾਡੇ ਐਬਡੋਮਨ ਦੇ ਉੱਤੇ ਇੱਕ ਚਾਦਰ ਦੇਣਗੇ, ਉਦੋਂ ਬਾਅਦ ਤੁਹਾਨੂੰ ਕਹਿ ਦੇਣਗੇ ਵੀ ਤੁਸੀਂ ਲੈਫਟ ਪਾਸੇ ਨੂੰ ਬੈਂਡ ਕਰਦੇ ਤੇ ਆਪਣੇ ਗੋਡੇ ਜਿਹੜੇ ਹੈਗੇ ਉਹ ਢਿੱਡ ਨਾਲ ਲਾ ਲਓ ਤਾਂ ਕਿ ਤੁਹਾਡਾ ਉਹ ਪੇਨਲ ਏਰੀਆ ਐਗਜ਼ਾਮਿਨ ਕਰ ਸਕਣ। ਜਦੋਂ ਉਹ ਏਰੀਆ ਐਗਜ਼ਾਮਿਨ ਕਰੀਦਾ ਉੱਥੇ ਪਤਾ ਲੱਗ ਜਾਂਦਾ ਵੀ ਬਵਾਸੀਰ ਦਾ ਮੌਕਾ ਜੇ ਤੇ ਥਰਡ ਡਿਗਰੀ ਹੈ ਜਾਂ ਫੋਰਥ ਡਿਗਰੀ ਹੈ ਤਾਂ ਉਹ ਕਈ ਵਾਰੀ ਬਾਹਰ ਹੀ ਹੁੰਦਾ ਮੌਕਾ, ਉਹ ਸਿੱਧਾ ਹੀ ਪਤਾ ਲੱਗ ਜਾਂਦਾ। ਜੇ ਉਹ ਡਿਗਰੀ ਵਨ ਦੀ ਹੈ ਜਾਂ ਡਿਗਰੀ ਟੂ ਦੀ ਬਵਾਸੀਰ ਹੈ ਉਹਦੇ ਲਈ ਫਿਰ ਇੱਕ ਇੰਸਟਰੂਮੈਂਟ ਹੁੰਦਾ, ਉਹ ਆਪਾਂ ਨੂੰ ਆਪਣੇ ਰੈਕਟਮ ਦੇ ਵਿੱਚ ਉਹ ਪਾਉਣਾ ਪੈਂਦਾ, ਉਸ ਨੂੰ ਪ੍ਰੋਕਟੋਸਕੋਪ ਕਹਿੰਦੇ ਆ। ਇੱਕ ਤਰ੍ਹਾਂ ਦੀ ਜਿਵੇਂ ਐਂਡੋਸਕੋਪ ਹੁੰਦੀ ਹੈ, ਐਂਡੋਸਕੋਪ ਦੇ ਵਿੱਚ ਕੈਮਰਾ ਲੱਗਾ ਹੁੰਦਾ, ਇਹ ਸਿੰਪਲ ਇੱਕ ਜਿਵੇਂ ਫੂਕਣਾ ਜਿਹਾ ਹੁੰਦਾ ਉਹੋ ਜਿਹੀ ਚੀਜ਼ ਹੁੰਦੀ ਹੈ, ਇਹ ਵਿੱਚ ਅੰਦਰ ਲੈਟਰੀਨ ਵਾਲੇ ਲਾਹ ਦੇ ਵਿੱਚ ਅੰਦਰ ਪਾ ਲਈਦਾ। ਕਈਆਂ ਦੇ ਵਿੱਚ ਉਹਦੇ ਵਿੱਚ ਵਿੱਚ ਇਨਬਿਲਡ ਹੀ ਇੱਕ ਬਲਬ ਲੱਗਿਆ ਹੁੰਦਾ, ਉਹਦੇ ਨਾਲ ਅੰਦਰ ਦਾ ਹਿੱਸਾ ਦਿਸ ਜਾਂਦਾ, ਤੇ ਜੇ ਨਹੀਂ ਹੁੰਦਾ ਜਿਹੜੇ ਸਸਤੇ ਪ੍ਰੋਕਟੋਸਕੋਪ ਹੈ ਉਹ ਫਿਰ ਅਸੀਂ ਇੱਕ ਅਸਿਸਟੈਂਟ ਤੁਹਾਡਾ ਜਾਂ ਤੁਸੀਂ ਦੂਜੇ ਹੱਥ ਨਾਲ ਉਹ ਟੋਰਚ ਮਾਰ ਕੇ ਅੰਦਰ ਸਾਨੂੰ ਬਵਾਸੀਰ ਦਿਸ ਜਾਂਦੀ ਹੈ, ਉਹਦੀ ਪੋਜੀਸ਼ਨ ਵੀ ਦਿਸ ਜਾਂਦੀ ਹੈ ਵੀ ਉਹ 11 ਪੋਜੀਸ਼ਨ ਤੇ ਹੈ ਜਾਂ 3 o'clock ਤੇ ਹੈ ਜਾਂ 7 o'clock ਤੇ ਹੈ, ਉਹਦੀ ਡਿਗਰੀ ਕਿੰਨੀ ਹੈ, 2 degree ਹੈ ਤੇ 1st degree ਹੈ, ਉਹ ਬਲੀਡ ਕਰ ਰਹੀ ਹੈ ਜਾਂ ਉਹਦੇ ਕਿੰਨੀ ਕੁ ਸੋਜ ਹੈ, ਇਹ ਪ੍ਰੋਕਟੋਸਕੋਪੀ ਨਾਲ ਡਾਇਗਨੋਜ ਹੋ ਜਾਂਦਾ। ਕਈ ਵਾਰੀ ਹੋਰ ਕੋਈ ਕਾਰਨ ਨਾ ਹੋਵੇ ਰੂਲ ਆਊਟ ਕਰਨ ਲਈ, ਬਈ ਜੇ ਮਰੀਜ਼ ਨੂੰ ਬਲੀਡਿੰਗ ਹੋ ਰਹੀ ਹੈ, ਪਰ ਰੈਕਟਲ ਬਲੀਡਿੰਗ ਹੋ ਰਹੀ ਹੈ, ਇਹਦੀ ਪ੍ਰੋਕਟੋਸਕੋਪੀ ਨਾਰਮਲ ਹੈ, ਇਹਦਾ ਮਤਲਬ ਹੈ ਉਹਦੇ ਬਵਾਸੀਰ ਨਹੀਂ ਹੈਗੀ, ਉਹਦਾ ਬਲੱਡ ਕਿਤੇ ਉਹਦੇ ਉੱਤੋਂ ਹੋਰ ਆ ਰਿਹਾ, ਕਿਉਂਕਿ ਜਿਹੜੀ ਪ੍ਰੋਕਟੋਸਕੋਪ ਹੁੰਦੀ ਹੈ ਉਹ 6 ਇੰਚ ਦੀ ਹੁੰਦੀ ਹੈ, ਉੱਥੋਂ ਤੱਕ ਆਪਾਂ ਜਾ ਸਕਦੇ ਹਾਂ। ਉਦੋਂ ਤਾਂ ਵੇਖਣ ਲਈ ਫਿਰ ਆਪਾਂ ਨੂੰ
ਸਿਗਮੋਇਡੋਸਕੋਪੀ ਕਰਨੀ ਪੈਂਦੀ ਹੈ। ਜੇ ਉਹਦੇ ਨਾਲ ਵੀ ਨਹੀਂ ਹੁੰਦਾ ਫਿਰ ਆਪਾਂ ਨੂੰ ਕਲੋਨੋਸਕੋਪੀ ਕਰਨੀ ਪੈਂਦੀ ਹੈ। ਬਵਾਸੀਰ ਆਪਾਂ ਨੂੰ ਪ੍ਰੋਕਟੋਸਕੋਪੀ ਨਾਲ ਹੀ ਦਿਸ ਜਾਂਦੀ ਹੈ, ਪਰ ਬਾਕੀ ਦੇ ਕਾਰਨ ਲੱਭਣ ਲਈ ਜਿਹਦੇ ਵਿੱਚ ਕੇ ਵੱਡੀ ਅੰਤੜੀ ਦੇ ਪੋਲਿਪਸ ਜਾਂ ਵੱਡੀ ਅੰਤੜੀ ਦਾ ਕੈਂਸਰ, ਇਹ ਦੋ ਚੀਜ਼ਾਂ ਬਲੀਡਿੰਗ ਕਰਦੀਆਂ ਬਵਾਸੀਰ ਹੁੰਦੀ, ਇਹਨਾਂ ਨੂੰ ਰੂਲ ਆਊਟ ਕਰਨ ਲਈ ਆਪਾਂ ਨੂੰ ਕਈ ਵਾਰੀ ਸਿਗਮੋਇਡੋਸਕੋਪੀ ਦੀ ਜਾਂ ਕਲੋਨੋਸਕੋਪੀ ਦੀ ਲੋੜ ਪੈ ਜਾਂਦੀ ਹੈ। ਉਸ ਤੋਂ ਬਾਅਦ ਜੇ ਆਪਾਂ ਨੂੰ ਬਵਾਸੀਰ ਹੈ ਤੇ ਇਹਦਾ ਆਪਾਂ ਹੁਣ ਕੀ ਕਰੀਏ, ਇਲਾਜ ਕੀ ਕਰੀਏ? ਇਹਦਾ ਸਾਰਿਆਂ ਤੋਂ ਜ਼ਰੂਰੀ ਹੈ, ਭਾਵੇਂ ਉਹ ਕਿਸੇ ਵੀ ਗ੍ਰੇਡ ਦੀ ਬਵਾਸੀਰ ਹੈ, ਉਹਦੇ ਵਿੱਚ ਤੁਹਾਨੂੰ ਆਪਣਾ ਡਾਇਟਰੀ ਤੇ ਲਾਈਫ ਸਟਾਈਲ ਮੋਡੀਫਿਕੇਸ਼ਨ ਕਰਨਾ ਪਊਗਾ ਜੀ। ਹਰ ਰੋਜ਼ ਤੁਹਾਨੂੰ 20 ਤੋਂ 30 ਗ੍ਰਾਮ ਇਨਸੋਲੇਬਲ ਫਾਈਬਰ ਲੈਣੇ ਪੈਣਗੇ। ਫਿਰ ਉਹੀ ਗੱਲ ਬਾਰ ਬਾਰ ਆ ਜਾਂਦੀ ਹੈ, ਸਲਾਦ ਖਾਓ, ਸਬਜ਼ੀਆਂ ਖਾਓ, ਆਟਾ ਛਾਣ ਕੇ ਨਾ ਖਾਓ, ਹੋਰ ਜੇ ਫਾਈਬਰ ਵਾਲੀਆਂ ਚੀਜ਼ਾਂ ਬਰਾਊਨ ਬ੍ਰੈਡ ਖਾਓ, ਇਹੋ ਜਿਹੀਆਂ ਚੀਜ਼ਾਂ ਕਰੋ ਤਾਂ ਕਿ ਤੁਹਾਡੇ ਅੰਦਰ ਫਾਈਬਰ ਜ਼ਿਆਦਾ ਜਾਣ, ਜਿਹਦੇ ਨਾਲ ਕਿ ਤੁਹਾਨੂੰ ਕੌਨਸਟੀਪੇਸ਼ਨ ਨਾ ਹੋਵੇ। ਜੇ ਕੌਨਸਟੀਪੇਸ਼ਨ ਰਹੂਗੀ ਤੁਹਾਨੂੰ ਫਿਰ ਤੁਹਾਡੀ ਬਵਾਸੀਰ ਕਦੇ ਠੀਕ ਨਹੀਂ ਹੋ ਸਕਦੀ, ਜਿੰਨੇ ਮਰਜ਼ੀ ਟਰੀਟਮੈਂਟ ਕਰਾ ਲਓ। ਸਾਰਿਆਂ ਤੋਂ ਜ਼ਰੂਰੀ ਹੈ ਆਪਣੀ ਕੌਨਸਟੀਪੇਸ਼ਨ ਠੀਕ ਕਰਨਾ, ਤੇ ਕੌਨਸਟੀਪੇਸ਼ਨ ਠੀਕ ਲਈ ਸਾਰਿਆਂ ਤੋਂ ਜ਼ਰੂਰੀ ਹੈ ਫਾਈਬਰ ਇਨਟੇਕ ਦਾ ਬਹੁਤ ਵੱਧ ਹੋਣਾ ਜੀ। ਪਾਣੀ ਪੀਓ, 1.5 ਤੋਂ 2 ਲੀਟਰ ਪਾਣੀ ਪਰ ਡੇ ਮਿਨੀਮਮ, 1.5 ਤੋਂ 2 ਲੀਟਰ ਪਾਣੀ ਪੀਓ ਜਿਸ ਲੋਕਾਂ ਨੂੰ ਬਵਾਸੀਰ ਹੈ। ਹਰ ਇੱਕ ਨੂੰ ਪੀਣਾ ਚਾਹੀਦਾ, ਜਿੰਨਾ ਪਾਣੀ ਪੀਵਾਂਗੇ ਉਨਾ ਸਭ ਕੁਝ, ਕਿਡਨੀ ਵੀ ਸਾਫ, ਆਪਣਾ ਇੰਟਸਟਾਈਨਲ ਟ੍ਰੈਕਟ ਵੀ ਸਾਫ, ਤੇ ਆਪਣਾ ਬਲੱਡ ਵੀ ਪੂਰਾ ਹਾਈਡਰੇਟਿਡ। ਉਸ ਤੋਂ ਬਾਅਦ ਜਦੋਂ ਸਟੂਲ ਪਾਸ ਕਰਨ ਜਾਂਦੇ ਹਾਂ ਬਾਲਾ ਟਾਈਮ ਨਾ ਲਾਵਾਂ, ਆਪਣਾ ਮੋਬਾਈਲ ਟੋਇਲਟ ਸੀਟ ਤੇ ਬਹਿ ਕੇ ਨਾ ਚਲਾਓ, ਅਖਬਾਰ ਨਾ ਟੋਇਲਟ ਸੀਟ ਤੇ ਬਹਿ ਕੇ ਪੜੋ। ਆਪਣਾ ਇਹ ਜਿਹੜਾ ਐਕਟ ਹੈ, ਸਾਰਿਆਂ ਤੋਂ ਜ਼ਰੂਰੀ ਐਕਟ ਮਾਰਨਿੰਗ ਦਾ ਜਿਹੜਾ ਹੈਗਾ, ਇਹਨੂੰ ਬੜੇ ਸਹੀ ਢੰਗ ਨਾਲ ਫਿਨਿਸ਼ ਕਰੋ, ਇਹਨੂੰ ਸਟੇਨ ਜ਼ਿਆਦਾ ਨਾ ਕਰੋ, ਡੀਫਿਕੇਸ਼ਨ ਵੇਲੇ ਸਟੇਨਿੰਗ ਜ਼ਿਆਦਾ ਨਾ ਕਰੋ, ਰੈਗੂਲਰ ਫਿਜ਼ੀਕਲ ਐਕਸਰਸਾਈਜ਼ ਕਰੋ। ਉਹ ਦਵਾਈਆਂ ਜਿਨ੍ਹਾਂ ਨਾਲ ਕੌਨਸਟੀਪੇਸ਼ਨ ਹੁੰਦੀ ਹੈ, ਸਾਡੇ ਤੇ ਇੱਥੇ ਜਿਹੜੇ ਬਵਾਸੀਰ ਵਾਲੇ ਬਾਹਲੇ ਮਰੀਜ਼ ਆ, ਉਹ ਤੇ ਸਾਰੇ ਪੋਸਟ ਖਾਂਦੇ ਆ ਜਾਂ ਫੀਮ ਖਾਂਦੇ ਆ ਜਾਂ ਨਸ਼ੇ ਵਾਲੀਆਂ ਗੋਲੀਆਂ ਖਾਂਦੇ ਆ ਜਿਹੜੀਆਂ ਓਪੀਆਈਡ, ਉਹਨਾਂ ਨੂੰ ਕੌਨਸਟੀਪੇਸ਼ਨ ਰਹਿਣੀ ਰਹਿਣੀ। ਸੋ ਡਾਕਟਰ ਆਪਣੇ ਨੂੰ ਹਮੇਸ਼ਾ ਇਹ ਪੁੱਛੇ ਵੀ ਇਸ ਡਰੱਗ ਨਾਲ ਮੈਨੂੰ ਕੌਨਸਟੀਪੇਸ਼ਨ ਤਾਂ ਨਹੀਂ ਹੋਊਗੀ। ਡਾਇਬਟਿਕਸ ਜਿਹੜੇ ਨੇ ਉਹਨਾਂ ਨੂੰ ਵੀ ਕੌਨਸਟੀਪੇਸ਼ਨ ਰਹੇਗੀ, ਕਿਉਂਕਿ ਉਹਦਾ ਆਟੋਨੋਮਿਕ ਨਰਵਸ ਜਿਹੜਾ ਸਿਸਟਮ ਹੁੰਦਾ ਉਹ ਵੀਕ ਹੋ ਜਾਂਦਾ, ਇਸ ਲਈ ਡਾਇਬਟਿਕਸ ਨੂੰ ਕੌਨਸਟੀਪੇਸ਼ਨ ਹੋ ਜਾਂਦੀ ਹੈ। ਕਈ ਬਲੱਡ ਦੀਆਂ ਹਾਈਪਰ ਟੈਂਸ਼ਨ ਦੀਆਂ ਐਸੀਆਂ ਮੈਡੀਸਨ ਜਿਨ੍ਹਾਂ ਨਾਲ ਕੌਨਸਟੀਪੇਸ਼ਨ ਹੋ ਜਾਂਦੀ ਹੈ, ਕਈਆਂ ਨੂੰ ਆਇਰਨ ਸਪਲੀਮੈਂਟਸ ਨਾਲ ਕੌਨਸਟੀਪੇਸ਼ਨ ਹੋ ਜਾਂਦੀ। ਸੋ ਉਹ ਜਿਹੀਆਂ ਦਵਾਈਆਂ ਨੂੰ ਅਵੋਇਡ ਕਰੋ ਤੇ ਟਰਾਈ ਕਰੋ ਵੀ ਤੁਹਾਡਾ ਡਾਕਟਰ ਉਹ ਦਵਾਈਆਂ ਤੁਹਾਡੀਆਂ ਚੇਂਜ ਕਰ ਦੇ, ਜਾਂ ਫਿਰ ਉਹਦੇ ਨਾਲ ਲੈਗਜ਼ਿਟਿਵ ਲਓ, ਸਟੂਲ ਸੋਫਟ ਕਰ ਲਓ ਤਾਂ ਕਿ ਤੁਹਾਨੂੰ ਕੌਨਸਟੀਪੇਸ਼ਨ ਆਵੇ। ਉਸ ਤੋਂ ਬਾਅਦ ਫੈਟੀ ਫੂਡ ਤੇ ਅਲਕੋਹਲ ਇਨਟੇਕ ਜਿਹੜਾ ਹੈਗਾ, ਜੇ ਉਹ ਤੁਹਾਡਾ ਜ਼ਿਆਦਾ ਹੈ ਤੇ ਤੁਹਾਨੂੰ ਕੌਨਸਟੀਪੇਸ਼ਨ ਰਹੇ। ਉਦੋਂ ਬਾਅਦ ਆਪਣੀ ਲੋਕਲ ਹਾਈਜੀਨ ਚੰਗੀ ਰੱਖੋ, ਜਿਹਦੇ ਨਾਲ ਜੇ ਤੁਹਾਡੇ ਬਵਾਸੀਰ ਹੈਗੀ ਹੈ, ਇੱਕ ਤੇ ਬਾਹਰ ਮੌਕਾ ਆਉਂਦਾ ਉਹ ਤੁਹਾਡਾ ਇਨਫੈਕਟਡ ਨਾ ਹੋ ਜੇ, ਉਹਦਾ ਫਿਰ ਪ੍ਰੋਬਲਮ। ਜੇ ਬਵਾਸੀਰ ਦੇ ਵਿੱਚ ਖੁਦਾ ਨਾ ਖਾਸ ਤੱਕ ਤੇ ਇਨਫੈਕਸ਼ਨ ਹੋ ਜੇ ਨਾ ਜੀ, ਦੈਟ ਇਜ ਏ ਵੈਰੀ 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 ਸੀਰੀਅਸ ਮੈਟਰ, ਕਿਉਂਕਿ ਜਿੱਥੋਂ ਇਹ ਬਵਾਸੀਰ ਦੇ ਮੌਕੇ ਬਣਦੇ ਹੈ ਉਥੋਂ ਜਿਹੜੀ ਵੇਨ ਬਲੱਡ ਜਾਂਦੀ ਹੈ ਉਹ ਡਾਇਰੈਕਟ ਬਲੱਡ ਆਪਣੇ ਲਿਵਰ ਚ ਜਾਂਦਾ ਹੈ।
ਸੋ ਜੇ ਬਵਾਸੀਰ ਦੇ ਵਿੱਚ ਇਨਫੈਕਸ਼ਨ ਹੋ ਜਾਂਦੀ ਹੈ ਤੇ ਉਹ ਇਨਫੈਕਸ਼ਨ ਡਾਇਰੈਕਟਲੀ ਆਪਣੇ ਲਿਵਰ ਦੇ ਵਿੱਚ ਐਂਟਰ ਕਰ ਜਾਂਦੀ ਹੈ ਤੇ ਮਰੀਜ਼ ਨੂੰ ਬੜੀ ਸੀਵੀਅਰ ਇਨਫੈਕਸ਼ਨ ਹੋ ਜਾਂਦੀ ਹੈ ਜਿਹਨੂੰ ਕਿ ਕੰਟਰੋਲ ਕਰਨਾ ਕਈ ਬੜਾ ਔਖਾ ਹੋ ਜਾਂਦਾ। ਸੋ ਆਪਣੇ ਪਾਈਪ ਨੂੰ ਇਨਫੈਕਟਡ ਹੋਣ ਨਾ ਦਿਓ, ਉਦੋਂ ਪਹਿਲੋਂ ਪਹਿਲੋਂ ਹੀ ਆਪਣਾ ਪ੍ਰੋਪਰ ਟ੍ਰੀਟਮੈਂਟ ਕਰਵਾ। ਇਹਦੇ ਲਾਈਫ ਸਟਾਈਲ ਤੋਂ ਬਾਅਦ ਇੱਕ ਹੋਰ ਚੀਜ਼ ਮੈਂ ਦੱਸਣਾ ਚਾਹੁੰਦਾ, ਉਹ ਇੱਕ ਤਰ੍ਹਾਂ ਦਾ ਦਵਾਈ ਨਹੀਂ ਹੈਗੀ, ਉਹਨੂੰ ਸਿਕਸ ਬਾਤ ਕਹਿੰਦੇ ਆ ਜਾਂ ਹਿਪ ਬਾਤ ਕਹਿੰਦੇ ਆ। ਇਹ ਮੈਨੂੰ ਸਾਰੀ ਦਿਹਾੜੀ ਦੇ ਵਿੱਚ ਘੱਟੋ ਘੱਟ 10 ਮਰੀਜ਼ਾਂ ਨੂੰ ਇਹ ਚੀਜ਼ ਸਮਝਾਉਣੀ ਪੈਂਦੀ ਜਿਹੜੀ ਮੈਂ ਹੁਣ ਤੁਹਾਨੂੰ ਦੱਸਣ ਲੱਗਾ। ਸੋ ਇਹ ਗੱਲ ਮੈਂ ਆਪਣਾ ਜਿਹੜਾ ਮੇਰੀ ਅਸਿਸਟੈਂਟ ਕੁੜੀ ਹੈ ਜਾਂ ਮੇਰਾ ਅਸਿਸਟੈਂਟ ਮੁੰਡਾ ਉਹਨੂੰ ਮੈਂ ਗੱਲ ਸਮਝਾਈ ਹੈ, ਉਹ ਮੈਂ ਕਹਿ ਦਿੰਦਾ ਵੀ ਤੂੰ ਭਾਈ ਇਹਨਾਂ ਨੂੰ ਸਿਕਸ ਬਾਤ ਬਾਰੇ ਸਮਝਾ ਦੇ, ਕਿਉਂਕਿ ਮੇਰਾ 4-5 ਮਿੰਟ ਨਹੀਂ ਤੇ ਸਿਕਸ ਬਾਤ ਸਮਝਾਉਣ ਤੇ ਹੀ ਲੱਗ ਜਾਂਦੇ ਆ। ਸਿਕਸ ਬਾਤ ਹੁੰਦਾ ਆਪਣਾ ਵੋਇਸ ਠੀਕ ਆਪਣੇ ਉਸ ਇਨਲ ਏਰੀਏ ਨੂੰ ਕਰੀਮੀਅਲ ਏਰੀਏ ਨੂੰ ਦੇਣੀ ਹੈ। ਉਹ ਦੇਣ ਲਈ ਆਪਾਂ ਇੱਕ ਟੱਬ ਲੈ ਲੈਂਦੇ ਹਾਂ, ਟੱਬ ਦੇ ਵਿੱਚ ਕੋਸੇ ਤੋਂ ਥੋੜਾ ਜਿਹਾ ਗਰਮ ਪਾਣੀ ਜਿਹਨੂੰ ਆਪਾਂ ਸਹਿ ਸਕੀਏ ਉਹ ਪਾ ਕੇ ਤੇ ਆਪਾਂ ਆਪਣੇ ਬਟਕਸ ਦੇ ਭਾਰ ਉਹਦੇ ਵਿੱਚ ਬਹਿ ਜਾਂਦੇ ਹਾਂ ਤਾਂ ਕਿ ਆਪਣੇ ਹਿਪਸ ਤੱਕ ਪੂਰਾ ਜਿਹੜਾ ਏਰੀਆ ਹੈਗਾ ਉਹ ਨਿੱਘਾ ਹੋ ਜਾਏ ਤੇ ਉਹਨੂੰ ਗਰਮੈਸ਼ ਮਿਲੇ। ਇਸ ਚੀਜ਼ ਨੂੰ ਸਿਕਸ ਬਾਤ ਕਹਿੰਦੇ ਆ ਜਾਂ ਹਿਪ ਬਾਤ ਕਹਿੰਦੇ ਆ। ਇਹ ਚੀਜ਼ ਤੁਹਾਡਾ ਡਾਕਟਰ ਹਰ ਇੱਕ ਬਵਾਸੀਰ ਵਾਲੇ ਮਰੀਜ਼ ਨੂੰ, ਹਰ ਇੱਕ ਫਿਸ਼ਰ ਵਾਲੇ ਮਰੀਜ਼ ਨੂੰ, ਜਾਂ ਜੇ ਉਸ ਏਰੀਏ ਦੇ ਵਿੱਚ ਕੋਈ ਪ੍ਰੋਬਲਮ ਹੈ ਇਹ ਗੱਲ ਤੁਹਾਨੂੰ ਦੱਸੂਗਾ। ਉਹ ਕਹਿ ਦੂਗਾ ਪਾਣੀ ਦੇ ਵਿੱਚ ਥੋੜਾ ਜਿਹਾ ਜੇ ਤੁਸੀਂ ਪਾਉਣਾ ਲਾਲ ਦਵਾਈ ਜਿਹੜੀ ਖੂਹਾਂ ਚ ਪਾਉਂਦੇ ਆ ਉਹਨੂੰ ਪੋਟਾਸ਼ੀਅਮ ਪਰਮੈਂਗਨੇਟ ਕਹਿੰਦੇ ਆ, ਉਹ ਪਾ ਸਕਦੇ ਆ। ਥੋੜਾ ਜਿਹਾ ਜੇ ਬੀਟਾਡੀਨ ਪਾ ਸਕਦੇ ਆ, ਡਿਟੋਲ ਪਾ ਸਕਦੇ ਆ, ਜੇ ਐਂਟੀਸੈਪਟਿਕ ਪਾਉਣਾ ਚਾਹੁੰਦੇ ਆ ਤੁਸੀਂ ਉਹ ਪਾ ਲਓ। ਇਸ ਹੀਟ ਨਾਲ ਜਿਹੜੀ ਇਨਫਲੇਮੇਸ਼ਨ, ਐਡੀਮਾ ਤੇ ਜਿਹੜੇ ਸਫਿੰਕਟਰ ਦੇ ਮਸਲ ਹੈ ਨਾ ਉਹ ਰਿਲੈਕਸ ਹੋ ਜਾਂਦੇ। ਇਹਦੇ ਨਾਲ ਇਰੀਟੇਸ਼ਨ, ਪ੍ਰੋਰਾਈਟਸ ਜਿਹੜਾ ਹੈਗਾ ਉਹ ਵੀ ਰਿਲੈਕਸ ਹੋ ਜਾਂਦਾ। ਸੋ ਇਹ ਤੇ ਹੋ ਗਈਆਂ ਲਾਈਫ ਸਟਾਈਲ ਦੀਆਂ ਗੱਲਾਂ ਤੇ ਇੱਕ ਸਿਕਸ ਬਾਤ ਜਿਹੜਾ ਆਪਾਂ ਬਵਾਸੀਰ ਪ੍ਰੋਪਰ ਲਈ ਕਰਨਾ। ਉਦੋਂ ਬਾਅਦ ਜਿਹੜੇ ਬਵਾਸੀਰ ਦੇ ਇਲਾਜਾਂ ਦੇ ਵਿੱਚ ਇੱਕ ਤੇ ਦਵਾਈਆਂ ਆ ਜਾਂਦੀਆਂ, ਇੱਕ ਹੋਰ ਜਿਹੜੇ ਇਨਵੇਜ਼ਿਵ ਮੈਥਡ ਆ ਆਪਾਂ ਕਰਦੇ ਆ ਉਹ ਆ ਜਾਂਦੇ। ਕੁਝ ਦਵਾਈਆਂ ਜਿਹੜੀਆਂ ਅੱਜ ਕੱਲ ਨਵੀਆਂ ਆਈਆਂ, ਅੱਜ ਜਿਹੜਾ ਇੱਕ ਸਾਡੇ ਵੀ ਇੱਥੇ ਮਿਲਦੇ ਵੀ ਸਾਡੇ ਡਾਕਟਰ ਦੀ ਗੈਟ ਟੂਗੈਦਰ ਹੋ ਗਈ ਹੈ, ਉਹਦੇ ਵਿੱਚ ਵੀ ਇੱਕ ਨਵੀਂ ਦਵਾਈ ਆਈ ਹੈ, ਉਹਦੇ ਬਾਰੇ ਡਿਸਕਸ਼ਨ ਕਰਨੀ ਹੈ। ਉੱਥੇ ਮੈਂ ਇਹ ਲੈਕਚਰ ਦੇਣਾ, ਉਹ ਥੋੜਾ ਟੈਕਨੀਕਲ ਲੈਕਚਰ। ਉਹ ਨਵੀਂ ਦਵਾਈ ਆਈ ਹੈ ਇੱਕ, ਉਹ ਦੇਖਦੇ ਹਾਂ ਅਸੀਂ ਵੀ ਉਹ ਕਿੰਨੀ ਕੁ ਇਫੈਕਟਿਵ ਹੈਗੀ ਹੈ। ਉਹ ਦਵਾਈ ਅੱਜ ਕੱਲ ਦੇਣੀ ਸ਼ੁਰੂ ਕਰ ਰਹੇ ਹਾਂ। ਇੱਕ ਹੋਰ ਦਵਾਈ ਸੀ ਵੀ ਕੈਲਸ਼ੀਅਮ ਡੋਬੀਸਿਲੇਟ, ਉਹ ਵੀ ਕਾਫੀ ਚਿਰ ਵਰਤਦੇ ਰਹੇ ਹਾਂ ਅਸੀਂ ਲੋਕ। ਹੋਰ ਦੇਸੀ ਦਵਾਈਆਂ, ਹਰ ਬਵਾਸੀਰ ਦੀ ਤੇ ਹਰ ਖਜਾਣਾ ਦਵਾਈ ਬਣਾਈ ਬੈਠਾ, ਜਿੰਨੀਆਂ ਦੇਖ ਲੋ ਵੀ ਆਹ ਬਵਾਸੀਰ ਦਾ ਸ਼ਰਤੀਆ ਇਲਾਜ, ਪੱਕਾ ਇਲਾਜ, ਬੜੇ ਤੁਹਾਨੂੰ ਗੂਗਲ ਕਰੋਗੇ ਵੱਖ ਵੱਖ ਚੀਜ਼ਾਂ ਮਿਲਣਗੀਆਂ। ਪਰ ਜਿਹੜੀਆਂ ਸਾਡੀਆਂ ਮੈਡੀਸਨ ਨੇ, ਇੱਕ ਤੇ ਤੁਸੀਂ ਆਪਣੀ ਫਾਈਬਰ ਵਧਾਓ, ਸੈਲਡ ਜ਼ਿਆਦਾ ਖਾਓ, ਸਬਜ਼ੀਆਂ ਜ਼ਿਆਦਾ ਖਵਾਓ, ਤੇ ਜੇ ਲੋੜ ਪੈਂਦੀ ਹੈ ਡਾਕਟਰ ਤੁਹਾਨੂੰ ਇਹਨਾਂ ਦਵਾਈਆਂ ਚੋਂ ਕੁਝ ਕੈਪਸੂਲ ਦੇਊਗਾ ਖਾਣ ਨੂੰ, ਜਿਹੜੇ ਕਿ ਕੋਈ ਦਿਨ ਤੁਸੀਂ ਖਾਓਗੇ, ਜਾਂ ਤੁਹਾਨੂੰ ਉਹ ਇੱਕ ਟਿਊਬ ਦੇਊਗਾ ਜਿਹਦੇ ਨਾਲ ਕਿ ਤੁਹਾਡੀ ਉਹ ਲੋਕਲ ਇਨਫਲੇਮੇਸ਼ਨ ਜਿਹੜੀ ਆ ਉਹ ਘੱਟ ਜੂ। ਪਲੱਸ ਤੁਹਾਨੂੰ ਉਹ ਕੌਨਸਟੀਪੇਸ਼ਨ ਦੀ ਦਵਾਈ ਦੇਊਗਾ, ਉਹ ਬਹੁਤ ਜ਼ਰੂਰੀ ਹੈ। ਜੇ ਤੁਹਾਡਾ ਸਟੂਲ ਹਾਰਡ ਰਹੂਗਾ ਤੇ ਤੁਹਾਡੀ ਬਵਾਸੀ ਠੀਕ ਨਹੀਂ ਹੋਊਗੀ। ਜੇ ਇਹਨਾਂ ਮੈਥਡ ਨਾਲ ਨਹੀਂ ਠੀਕ ਹੁੰਦਾ ਫਿਰ ਸਾਡੇ ਕਹਿ ਲੋ ਵੀ ਸਰਜਨਾਂ ਦੀ ਵਾਰੀ ਆਉਂਦੀ ਹੈ, ਅਦਰਵਾਈਜ਼ ਬਵਾਸੀ ਵਾਲੇ ਮਰੀਜ਼ ਸਰਜਨ ਕੋਲੇ ਹੀ ਆਉਂਦੇ ਆ, ਅਸੀਂ ਵੀ ਪਹਿਲਾਂ ਮੈਡੀਸਨ ਟਰਾਈ ਕਰਦੇ ਆ। ਜੇ ਉਹਦੇ ਨਾਲ ਨਹੀਂ ਠੀਕ ਹੁੰਦਾ ਫਿਰ ਇਹਦਾ ਸਾਰਿਆਂ ਤੋਂ ਇੱਕ ਸੌਖਾ ਤਰੀਕਾ ਹੈ, ਉਹ ਅਸੀਂ ਮੌਕੇ ਦੇ ਵਿੱਚ ਉਵੇਂ ਉਹ ਪ੍ਰੋਪੋਸਕੋਪ ਪਾ ਕੇ ਇੱਕ ਲੰਮੀ ਸੂਈ ਹੁੰਦੀ ਹੈ, ਥੋੜੀ ਜਿਹੀ ਲੰਮੀ ਅੱਗੋਂ ਬੈਂਡ ਕੀਤੀ ਹੁੰਦੀ ਹੈ, ਉਹ ਇੱਕ ਸਪੈਸ਼ਲ ਟੀਕਾ ਲਾ ਲਈਦਾ ਉਸ ਮੌਕੇ ਦੇ ਵਿੱਚ। ਉਹਨੂੰ ਫਿਨੋਲ ਕਹਿੰਦੇ ਆ, 5% ਫਿਨੋਲ ਦਾ ਟੀਕਾ ਹੁੰਦਾ,
ਉਹਨੂੰ ਫਿਨੋਲ ਇਨ ਐਲਮੰਡ ਆਇਲ ਦੇ ਵਿੱਚ ਉਹਨੂੰ ਮਿਕਸ ਕਰ ਲਈਦਾ ਬਦਾਮ ਰੋਗਨ ਦੇ ਵਿੱਚ। ਉਹਦਾ ਟੀਕਾ ਫਿਰ ਉਹ ਟੀਕਾ ਸਿੱਧਾ ਨਹੀਂ ਮਿਕਸ ਕਰਦੇ ਉਹਨੂੰ, ਉਹ ਟੀਕਾ ਕਈ ਦੁਕਾਨਾਂ ਤੇ ਬਣਿਆ ਬਣਾਇਆ ਮਿਲਦਾ, ਨਹੀਂ ਤੇ ਸਾਨੂੰ ਆਟੋਕਲੇਵ ਕਰਕੇ ਉਹਨੂੰ ਬਣਾਉਣਾ ਪੈਂਦਾ। ਹੁਣ ਟੀਕਾ ਅੱਜ ਕੱਲ ਦੇ ਨਵੇਂ ਜਿਹੜੇ ਡਾਕਟਰ ਹੈ ਉਹ ਉਹਨਾਂ ਨੂੰ ਨਹੀਂ ਪਤਾ ਉਹ ਟੀਕਾ ਕਿਵੇਂ ਬਣਾਉਂਦੇ ਆ, ਪਰ ਮੈਂ ਖੁਦ ਟੀਕਾ ਬਣਾਉਣਾ ਤੇ ਫਿਰ ਉਹ ਮਰੀਜ਼ ਦੇ ਉਹ ਅੰਦਰ ਜਿਹੜਾ ਉਹ ਹੈਗਾ ਜਿੱਥੇ ਉਹ ਮੌਕਾ ਹੈਗਾ ਉਹਦੇ ਵਿੱਚ ਲਾ ਦਈਦਾ ਤੇ ਕੁਝ ਦਿਨਾਂ ਬਾਅਦ ਉਹ ਜਿਹੜਾ ਸਿਨੋਲ ਹੈਗਾ ਉਹ ਉਸ ਮੌਕੇ ਨੂੰ ਸਾੜ ਦਿੰਦਾ ਤੇ ਉਹਦਾ ਉੱਥੋਂ ਬਵਾਸੀਰ ਦਾ ਮੌਕਾ ਖਤਮ ਹੋ ਜਾਂਦਾ, ਉਹਦੀ ਬਲੀਡਿੰਗ ਖਤਮ ਹੋ ਜਾਂਦੀ ਹੈ। ਇਸ ਚੀਜ਼ ਨੂੰ ਸਕਲੀਰੋਥੈਰੇਪੀ ਕਹਿੰਦੇ। ਸਕਲੀਰੋਥੈਰੇਪੀ ਦਾ ਮਤਲਬ ਹੁੰਦਾ ਕਿਸੇ ਲੀਕੁਡ ਨਾਲ ਜਾਂ ਕਿਸੇ ਚੀਜ਼ ਨਾਲ ਉਹ ਇਸ ਚੀਜ਼ ਨੂੰ ਸਾੜ ਦੇਣਾ। ਇਹ ਸਾਰਿਆਂ ਤੋਂ ਪਹਿਲਾ ਇਨਵੇਸਿਵ ਮੈਥਡ ਹੈ। ਉਸ ਤੋਂ ਬਾਅਦ ਕਈ ਵਾਰੀ ਜੇ ਮੌਕਾ ਥੋੜਾ ਜਿਹਾ ਹੋਰ ਵੱਡਾ ਹੈਗਾ ਤੇ ਉਹਦੇ ਉੱਤੇ ਕਈ ਵਾਰੀ ਇੱਕ ਬੈਂਡ ਵੀ ਚੜਾ ਦਈਦਾ, ਉਹਨੂੰ ਬੈਂਡਲਾਈਜੇਸ਼ਨ ਕਹਿ ਦਿੰਦੇ। ਹੁਣ ਕੋਈ ਨਵੇਂ ਤਰੀਕੇ ਆ ਗਏ ਆ ਜਿਹੜੇ ਕਿ ਮਹਿੰਗੇ ਆ ਪਰ ਉਹਨਾਂ ਦਾ ਅਸਰ ਵੀ ਠੀਕ ਠੀਕ ਹੈਗਾ। ਉਹ ਹੈ ਲੇਜ਼ਰ ਸਰਜਰੀ ਆਫ ਫੈਮੋਰਲ, ਇਹਦੀ ਮਸ਼ਹੂਰੀ ਸਾਡੇ ਡਾਕਟਰ ਥੋੜੀ ਜਿਹੀ ਜ਼ਿਆਦਾ ਕਰਦੇ ਆ ਤੇ ਇਹਦਾ ਖਰਚਾ ਬਹੁਤ ਜ਼ਿਆਦਾ। ਉਹਦੇ ਵਿੱਚ ਕੀ ਹੈ, ਲੇਜ਼ਰ ਇੱਕ ਤਰ੍ਹਾਂ ਦੀ ਐਨਰਜੀ ਹੈ, ਉਹਦੇ ਨਾਲ ਬਸ ਉਸ ਚੀਜ਼ ਨੂੰ ਅਸੀਂ ਸਾੜ ਦਈਦਾ ਤੇ ਉਹਦੇ ਨਾਲ ਉਹ ਮੌਕਾ ਲੇਜ਼ਰ ਨਾਲ ਸਾੜ ਦਈਦਾ। ਜਦੋਂ ਫਿਰ ਕੁਛ ਵੀ ਨਹੀਂ ਹੁੰਦਾ, ਸਾਰੀਆਂ ਚੀਜ਼ਾਂ ਫੇਲ ਹੋ ਜਾਂਦੀਆਂ, ਫੇਰ ਜਿਹੜਾ ਇਹਦਾ ਅਖੀਰਲਾ ਇਲਾਜ ਹੈ ਉਹ ਅਸੀਂ ਆਪਰੇਸ਼ਨ ਕਰਦੇ ਹਾਂ ਜਿਹਨੂੰ ਹੈਮਰਾਡੈਕਟਮੀ ਕਹਿੰਦੇ ਆ। ਉਹਦੇ ਵਿੱਚ ਉਹ ਬਵਾਸੀਰ ਦੇ ਮੌਕੇ ਨੂੰ ਮਰੀਜ਼ ਨੂੰ ਦੇਖ ਕਰੀਦਾ, ਸਪਾਈਨਲ ਐਨਸਥੀਸੀਆ ਲਾਈਦਾ ਤੇ ਉਹ ਮੌਕੇ ਨੂੰ ਫੜ ਕੇ ਉਸ ਮੌਕੇ ਨੂੰ ਧਾਗੇ ਨਾਲ ਬੰਨ੍ਹ ਦਿੱਤਾ ਜਾਂਦਾ ਤੇ ਉਹ ਮੌਕਾ ਕੱਟ ਦਿੱਤਾ ਜਾਂਦਾ। ਇਹ 100 ਪਰਮਾਨੈਂਟ ਟਰੀਟਮੈਂਟ ਹੋ ਜਾਂਦਾ, ਮਤਲਬ ਉਹਨੂੰ ਇਹ ਪੱਕਾ ਕੰਮ ਜਿਹਨੂੰ ਕਹਿ ਦਿੰਦੇ ਆ ਇਹ ਸਾਡਾ ਅਖੀਰ ਦਾ ਤਿਆਰ ਹੈ, ਇਹਨੂੰ ਬਵਾਸੀਰ ਦਾ ਓਪਰੇਸ਼ਨ ਕਹਿੰਦੇ। ਇਸ ਓਪਰੇਸ਼ਨ ਤੋਂ ਬਾਅਦ ਵੀ ਜੇ ਮਰੀਜ਼ ਕੌਨਸਟੀਪੇਸ਼ਨ ਆਪਣੀ ਪੂਰੀ ਨਹੀਂ ਠੀਕ ਕਰਦਾ ਤੇ ਜਿਹੜਾ ਉਹ ਰੋ ਏਰੀਆ ਜਦੋਂ ਉਹਦੇ ਵਿੱਚ ਹਾਰਡ ਸਟੂਲ ਨਿਕਲਦਾ ਤੇ ਉਹ ਫਿਰ ਕਈ ਵਾਰੀ ਉੱਥੇ ਬਲੀਡਿੰਗ ਹੋਣੀ ਸ਼ੁਰੂ ਹੋ ਜਾਂਦੀ ਹੈ ਜਿਹਨੂੰ ਕੰਟਰੋਲ ਕਰਨਾ ਕਾਫੀ ਔਖਾ ਹੋ ਜਾਂਦਾ। ਸੋ ਇਹ ਲਾਸਟ ਤਰੀਕਾ ਜਿਹੜਾ ਹੈਮਰਾਡੈਕਟਮੀ ਹੈ, ਇਹਦੇ ਨਾਲ ਮਰੀਜ਼ ਨੂੰ ਇੱਕ ਜਾਂ ਦੋ ਦਿਨ ਹਾਸਪਿਟਲ ਦੇ ਵਿੱਚ ਰਹਿਣਾ ਵੀ ਪੈਂਦਾ। ਜਿਹੜੇ ਬਾਕੀ ਪ੍ਰੋਸੀਜਰਸ ਨੇ ਉਹ ਕਈ ਵਾਰੀ ਓਪੀਡੀ ਦੇ ਵਿੱਚ ਵੀ ਅਸੀਂ ਜਿਹੜਾ ਸਕਲੀਰੋਥੈਰੇਪੀ ਦਾ ਟੀਕਾ ਲਾ ਸਕਦੇ ਹਾਂ, ਬੈਂਡਲਾਈਜੇਸ਼ਨ ਇੱਥੇ ਕਰ ਸਕਦੇ ਹਾਂ। ਉਸ ਤੋਂ ਬਾਅਦ ਇੱਕ ਨਵਾਂ ਮੈਥਡ ਵੀ ਹੋਰ ਆਇਆ, ਉਹ ਇੱਕ ਸਪੈਸ਼ਲ ਇੰਸਟਰੂਮੈਂਟ ਹੁੰਦਾ, ਉਹਦੇ ਵਿੱਚ ਇੱਕ ਅਲਟਰਾਸਾਊਂਡ ਲੱਗਿਆ ਹੁੰਦਾ, ਕਲਰ ਡਾਕੂਲਰ। ਉਹ ਬੜਾ ਮਹਿੰਗਾ ਇੰਸਟਰੂਮੈਂਟ ਹੈ, ਮੈਂ ਤੇ ਖੈਰ ਉਹ ਵੇਖਿਆ ਹੀ ਨਹੀਂ, ਪੜਿਆ। ਉਹ ਇੰਸਟਰੂਮੈਂਟ ਅੰਦਰ ਵਾੜ ਕੇ ਉਹਦੇ ਵਿੱਚ ਸਪੈਸ਼ਲ ਇੱਕ ਚੀਜ਼ ਬਣੀ ਹੁੰਦੀ ਆ, ਉਹਦੇ ਨਾਲ ਫਿਰ ਜਿਹੜੀ ਮੇਨ ਵੈਸਲ ਜਿੱਥੋਂ ਕਿ ਬਵਾਸੀਰ ਦੀਆਂ 3 ਬ੍ਰਾਂਚਾਂ ਬਣਦੀਆਂ ਉਸ ਚੀਜ਼ ਨੂੰ ਉੱਥੇ ਬੰਨ ਦਈਦਾ ਤੇ ਉਸ ਤੋਂ ਜਿਹੜੀ ਖੂਨ ਦੀ ਸਪਲਾਈ ਹੈ ਨਾ ਉਹ ਬੰਦ ਕਰ ਦਈਦੀ ਹੈ। ਮੋਟੇ ਲਫਜ਼ਾਂ ਦੇ ਵਿੱਚ ਜਿੱਥੋਂ ਜਦੋਂ ਖੂਨ ਵਗ ਰਿਹਾ ਉਹ ਮਗਰੋਂ ਜਿਹੜਾ ਮੇਨ ਪਾਈਪ ਹੈ ਉਹਨੂੰ ਕਲੈਂਪ ਕਰ ਦਈਦਾ ਤੇ ਅੱਗੇ ਫਿਰ ਖੂਨ ਆਉਣਾ ਬੰਦ ਹੋ ਜਾਂਦਾ। ਇਸ ਨੂੰ ਵੀ ਡੋਪਲਰ ਗਾਈਡਡ ਹੈਮਰਾਇਡ ਆਰਟਰੀਲਾਈਜੇਸ਼ਨ ਕਹਿੰਦੇ ਆ, ਵੱਡਾ ਜਿਹਾ ਲੱਗਦਾ। ਇਹ ਨਵੇਂ ਮੈਥਡ ਆ ਜਿਹੜੇ ਅੱਜ ਕੱਲ ਲੇਟੈਸਟ ਚੱਲ ਰਹੇ ਆ। ਤੇ ਉਦੋਂ ਬਾਅਦ ਫਿਰ ਜਿਹੜੀਆਂ ਦਵਾਈਆਂ ਹੈਗੀਆਂ ਉਹ ਵੀ ਕੁਝ ਚਿਰ ਲਈ ਮਰੀਜ਼ ਨੂੰ ਦਿੱਤੀਆਂ ਜਾਂਦੀਆਂ ਤੇ ਫਿਰ ਮਰੀਜ਼ ਬਵਾਸੀਰ ਨਾਲ ਠੀਕ ਹੋ ਜਾਂਦਾ। ਮੇਨ ਜਿਹੜੀ ਗੱਲ ਮੈਂ ਕਹਿਣੀ ਚਾਹੁੰਦਾ, ਇੱਕ ਤੇ ਆਪਣੇ ਸਟੂਲ ਨੂੰ ਕਦੇ ਕਤਾਈ ਹਫ਼ਤੇ ਚ 15 ਦਿਨਾਂ ਬਾਅਦ ਜ਼ਰੂਰ ਵੇਖੋ ਵੀ ਕਿਤੇ ਉਹਦੇ ਚ ਬਲੀਡਿੰਗ ਤੇ ਨਹੀਂ ਹੁੰਦੀ, ਕਿਉਂਕਿ ਬਵਾਸੀਰ ਤੇ ਇੱਕ ਇਲਾਜ ਵਾਲੀ ਬਿਮਾਰੀ ਹੈ। ਜਿਹੜਾ ਵੱਡੀ ਆਂਤੜੀ ਦਾ ਕੈਂਸਰ ਹੈ ਨਾ ਉਹ ਵੀ ਸੇਮ ਸਿਮਟਮਸ ਨਾਲ ਪ੍ਰੈਜੈਂਟ ਕਰਦਾ। ਸੋ ਇਹ ਵੇਖਣਾ ਜ਼ਰੂਰੀ ਬਣ ਜਾਂਦਾ ਵੀ ਆਪਣਾ ਸਟੂਲ ਹੈ ਜਿਹੜਾ ਉਹ ਆਪਾਂ ਨੂੰ ਠੀਕ ਠਾਕ ਆ ਰਿਹਾ, ਉਹਦੇ ਚ ਬਲੱਡ ਤੇ ਨਹੀਂ ਆ ਰਿਹਾ। ਤੇ ਨੰਬਰ 2 ਤੇ ਹੈ ਬਈ ਜਿਹੜੀ ਆਪਣੀ ਡਾਇਟ ਹੈ ਉਹ ਐਸੀ ਖਾਓ ਜਿਹਦੇ ਨਾਲ ਕਿ ਤੁਹਾਨੂੰ ਕੌਨਸਟੀਪੇਸ਼ਨ ਨਾ ਹੋਵੇ। ਜੇ ਕੌਨਸਟੀਪੇਸ਼ਨ ਨਹੀਂ ਹੋਊਗੀ ਤੁਹਾਨੂੰ, ਫਿਰ ਤੁਹਾਨੂੰ ਬਵਾਸੀਰ ਨਹੀਂ ਹੋਊਗੀ, ਜਾਂ ਤੁਹਾਨੂੰ ਜ਼ਿਆਦਾ
ਡਾਇਰੀਆ ਲੱਗਿਆ ਰਹੇ ਜਾਂ ਤੁਹਾਨੂੰ ਕੌਨਸਟੀਪੇਸ਼ਨ ਹੋਵੇ ਫਿਰ ਬਵਾਸੀਰ ਦੇ ਚਾਂਸ ਨੇ, ਜਾਂ ਜੇ ਤੁਹਾਡਾ ਖੂਨ ਘਟੀ ਜਾਂਦਾ ਪਿਆ ਤੇ ਤੁਸੀਂ ਕਦੇ ਆਪਣੇ ਸਟੂਲ ਵੱਲ ਧਿਆਨ ਨਹੀਂ ਦਿੱਤਾ, ਫਿਰ ਵੀ ਡਾਕਟਰ ਕੋਲੇ ਜਾਓ, ਡਾਕਟਰ ਤੁਹਾਨੂੰ ਡੈਫੀਨੇਟਲੀ ਪੁੱਛੂਗਾ ਵੀ ਤੁਹਾਨੂੰ ਇਹੋ ਜਿਹੀ ਚੀਜ਼ ਤਾਂ ਨੀ, ਜਾਂ ਤੁਹਾਨੂੰ ਕਹੂਗਾ ਵੀ ਹਾਂ ਭਾਈ ਕੱਲ ਨੂੰ ਵੇਖ ਕੇ ਆਏ ਵੀ ਤੇਰੇ ਸਟੂਲ ਚ ਬਲੱਡ ਆਉਂਦਾ ਕਿ ਨਹੀਂ ਆਉਂਦਾ। ਸੋ ਇਸ ਲਈ ਬਵਾਸੀਰ ਤੋਂ ਬਚਣਾ ਹੀ ਚਾਹੀਦਾ, ਕਿਉਂਕਿ ਡਾਕਟਰ ਕੋਲ ਜਾਂਦਿਆਂ ਵੀ ਕਈ ਲੋਕ ਲਤੀਫੇ ਵੀ ਬੜੇ ਬਣੇ ਆ ਬਵਾਸੀਰ ਤੇ, ਕਿਸੇ ਨੂੰ ਗਾਲ ਕੱਢਣੀ ਹੋਵੇ ਕਹਿ ਦੇਣਗੇ ਵੀ ਤੈਨੂੰ ਭਾਈ ਬਵਾਸੀਰ ਹੋ ਜੇ, ਏਦਾਂ ਦੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਕੋਈ ਹਾਸੇ ਮਜ਼ਾਕ ਚ ਚੱਲ ਜਾਂਦੀਆਂ, ਪਰ ਕਈ ਵਾਰੀ ਇਹ ਬਵਾਸੀਰ ਆਪਾਂ ਨੂੰ ਕਾਫੀ ਪ੍ਰੋਬਲਮ, ਕਈਆਂ ਨੂੰ ਕੱਲਾ ਸਾਹ ਹੀ ਚੜਦਾ, ਉਹ ਮਰੀਜ਼ ਕਹਿੰਦਾ ਮੈਨੂੰ ਸਾਹ ਬਹੁਤ ਚੜਦਾ, ਫਿਰ ਉਹ ਵੇਖੀਦਾ ਜੀ ਉਹਦਾ ਖੂਨ ਘੱਟ ਹੈ, ਜਦੋਂ ਖੂਨ ਘੱਟ ਵੇਖੀਦਾ ਖੂਨ ਕਿਉਂ ਘੱਟ ਹੈ, ਉਹ ਅਲਟੀਮੇਟਲੀ ਕਈਆਂ ਨੂੰ ਪਾਈ। ਡਾਕਟਰ ਸਾਹਿਬ ਇੱਕ ਕੁਐਸਚਨ ਆ ਰਿਹਾ ਹੈਗਾ, ਉਹ ਕਹਿੰਦੇ ਕਿ ਜਿਹੜੇ ਜੇ ਇਹ ਪਾਇਲਸ ਹੋ ਜਾਂਦੇ ਹੈਗੇ ਆ, ਜੇ ਇਹਨਾਂ ਨੂੰ ਤੁਸੀਂ ਯੂ ਲੀਵ ਦੈਮ ਅਨਟ੍ਰੀਟਿਡ, ਇਹਦਾ ਇਲਾਜ ਨਹੀਂ ਕਰਾਉਣੇ, ਤਾਂ ਕੀ ਇਹੀ ਪਾਇਲਸ ਅੱਗੇ ਚੱਲ ਕੇ ਕੈਂਸਰ ਬਣ ਜਾਂਦੇ? ਨਹੀਂ ਨਹੀਂ ਨਹੀਂ, ਕੈਂਸਰ ਨਹੀਂ ਬਣਦਾ ਜੀ, ਬਿਲਕੁਲ ਜੀ। ਇਹੀ ਤੇ ਰੱਬ ਨੇ ਆਪਾਂ ਨੂੰ ਬੜੀਆਂ ਕਹਿ ਲੋ ਵੀ ਸਵਾਤਾਂ ਵੰਡੀਆਂ ਐਸੀਆਂ ਕਹੀਆਂ ਵੀ ਇਹਦੇ ਨਾਲ ਬਵਾਸੀ ਨਾਲ ਕੈਂਸਰ ਨਹੀਂ ਬਣਦਾ ਜੀ। ਕੈਂਸਰ ਇਜ਼ ਇੰਟਾਇਰਲੀ ਡਿਫਰੈਂਟ, ਪਾਇਲਸ ਦੇ ਤੋਂ ਕੈਂਸਰ ਨਹੀਂ ਬਣਦਾ ਜੀ। ਤੇ ਫਿਰ ਜੇ ਇਸਦਾ ਇਲਾਜ ਨਾ ਕਰਾਇਆ ਜਾਵੇ ਤਾਂ ਫੇਰ ਕਹਿੰਦੇ ਕੀ ਨੁਕਸਾਨ ਹੈਗੇ? ਨਾ ਨੁਕਸਾਨ ਤੇ ਇਲਾਜ, ਬਲੀਡਿੰਗ ਥੋੜੇ ਹੋ ਹੀ ਜਾਂਦੀ ਹੈ, ਸਾਰਾ ਖੂਨ ਨਿਕਲ ਜੂ ਤੁਹਾਡਾ, ਤੁਹਾਨੂੰ ਅਨੀਮੀਆ ਹੋਜੂ ਸਵੀਅਰ, ਇੱਕ ਗ੍ਰਾਮ ਖੂਨ ਰਹਿ ਜੂਗਾ, ਯੂ ਵਿਲ ਨਾਟ ਬੀ ਏਬਲ ਟੂ ਵਾਕ, ਯੂ ਵਿਲ ਨਾਟ ਬੀ ਏਬਲ ਟੂ ਵਰਕ, ਤੁਹਾਡੇ ਕੋਲ ਤੁਰਿਆ ਨੀ ਜਾਣਾ, ਕਿਉਂਕਿ ਜਦੋਂ ਹੀਮੋਗਲੋਬਿਨ ਹੀ ਥੋੜਾ ਡਾਊਨ ਚੜਿਆ ਜਾਣਾ, ਖੂਨ ਤੁਹਾਡੇ ਪਈ ਜਾਣਾ, ਇਹ ਤੇ ਨੀ ਹੈਗਾ ਵੀ ਤੁਸੀਂ ਹਰ ਹਫਤੇ ਜਾ ਕੇ ਚਾਰ ਬੋਤਲਾਂ ਖੂਨ ਦੀਆਂ ਲਵਾ ਲਓਗੇ, ਨੋ। ਅਲਟੀਮੇਟਲੀ ਬਵਾਸੀਰ ਨੂੰ ਜੇ ਨਹੀਂ ਟ੍ਰੀਟ ਕਰਾਂਗੇ, ਇਹਦੀਆਂ ਮੇਨ ਕੰਪਲੀਕੇਸ਼ਨਾਂ ਅਨੀਮੀਆ, ਨੰਬਰ 2 ਜੇ ਇਹਦੇ ਵਿੱਚ ਇਨਫੈਕਸ਼ਨ ਹੋ ਜੇ ਤੇ ਉਹ ਇਨਫੈਕਸ਼ਨ ਸਿੱਧੀ ਤੁਹਾਡੇ ਲਿਵਰ ਦੇ ਵਿੱਚ ਜਾਊਗੀ, ਤੇ ਜਿਹੜੀ ਲਿਵਰ ਦੇ ਵਿੱਚ ਜਦੋਂ ਇਨਫੈਕਸ਼ਨ ਹੋ ਜਾਂਦੀ ਹੈ, ਦੈਟ ਇਜ਼ ਵੈਰੀ ਡਿਫੀਕਲਟ ਟੂ ਟ੍ਰੀਟ। ਸੋ ਇਸ ਲਈ ਇਹਦਾ ਇਲਾਜ ਜ਼ਰੂਰ ਕਰਵਾਓ ਜੀ। ਜ਼ਰੂਰ ਹੁੰਦਾ ਕਿ ਨਾਲੇ ਬਿਗਨਿੰਗ ਦੇ ਵਿੱਚ ਜੇ ਕੋਈ ਕਿਸੇ ਵੀ ਪ੍ਰੋਬਲਮ ਦਾ ਇਲਾਜ ਹੋ ਜਾਵੇ ਤਾਂ ਉਹ ਸੌਖਾ ਹੋ ਜਾਂਦਾ ਹੈ ਜੀ, ਸੌਖਾ ਹੋ ਜਾਂਦਾ ਬਿਗਨਿੰਗ ਦੇ ਵਿੱਚ। ਬਿਗਨਿੰਗ ਦੇ ਵਿੱਚ ਤੇ ਕੱਲੀ ਡਾਇਟਰੀ ਮੋਡੀਫਿਕੇਸ਼ਨ ਵਾਲੀ ਤੁਹਾਡੀ ਬਵਾਸੀਰ ਠੀਕ ਹੋ ਜੂਗੀ, ਵੱਧ ਪਾਣੀ ਪੀਣ ਨਾਲ ਹੀ ਠੀਕ ਹੋ ਜੂਗੀ, ਜ਼ਿਆਦਾ ਸਬਜ਼ੀਆਂ ਖਾਣ ਨਾਲ ਹੀ ਠੀਕ ਹੋ ਜੂਗੀ, ਐਕਸਰਸਾਈਜ਼ ਕਰਨ ਨਾਲ ਹੀ ਠੀਕ ਹੋ ਜੂਗੀ। ਇੱਕ ਕੁਐਸਚਨ ਹੋਰ ਆ ਰਿਹਾ, ਕਹਿੰਦੇ ਕਿ ਜਿਹੜੀਆਂ ਪਿੰਡਾਂ ਦੇ ਵਿੱਚ ਕਹਿੰਦੇ ਦੇਸੀ ਦਵਾਈਆਂ ਦੀਆਂ ਪੁੜੀਆਂ ਜੇ ਦਿੰਦੇ, ਲਾਲ ਰੰਗ ਕਹਿੰਦੇ ਪਾਊਡਰ ਜਿਹਾ ਹੁੰਦਾ ਹੈ, ਤੇ ਉਹ ਕਹਿੰਦੇ ਆ ਕਿ 3 ਪੁੜੀਆਂ ਖਾਓ ਤੇ ਤੁਹਾਡੀ ਜਿਹੜੀ ਇਹ ਹੈਮੋਰੋਇਡ ਜਿਹੜੀ ਆ ਠੀਕ ਹੋ ਜੂਗੀ, ਉਹ ਕਹਿੰਦੇ ਕਿੰਨੀ ਕੁ ਫਾਇਦੇਮੰਦ ਹੁੰਦੀ ਹੈ? ਨਹੀਂ ਨਹੀਂ, ਇਹਨਾਂ ਪੁੜੀਆਂ ਵੱਲ, ਕਿਉਂਕਿ ਆਪਾਂ ਅੱਜ ਕੱਲ ਸਾਇੰਸ ਦੇ ਯੁੱਗ ਦੇ ਵਿੱਚ ਰਹਿ ਰਹੇ ਹਾਂ ਜੀ, ਜਾਂ ਤੇ ਉਹਨਾਂ ਪੁੜੀਆਂ ਤੇ ਲਿਖਿਆ ਹੋਵੇ ਨਾ, ਉਹਨਾਂ ਦਾ ਪ੍ਰਿੰਟ ਕੀਤਾ ਹੋਵੇ, FDC ਤੋਂ ਪ੍ਰੂਵ ਕਰਕੇ ਉਹ ਪੁੜੀ ਬਣਾਉਣ ਤੇ ਉਹਦੇ ਚ ਲਿਖਿਆ ਹੋਵੇ ਵੀ ਇਸ ਪੁੜੀ ਦੇ ਵਿੱਚ ਆ ਹੈ, ਇੰਨੀ ਮਾਤਰਾ ਚ ਹੈ, ਫੇਰ ਤੇ ਮੰਨਣ ਚ ਗੱਲ ਆਉਂਦੀ ਹੈ। ਅਦਰਵਾਈਜ਼ ਜੇ ਉਹ ਪੁੜੀ ਨੁਕਸਾਨ ਕਰ ਦਿੰਦੀ ਹੈ, ਰੱਬ ਜਾਣੇ ਕੀ ਹੈ, ਫੇਰ ਤੇ ਇਹਨਾਂ ਨੂੰ ਕੋਈ ਪੁੱਛਣ ਵਾਲਾ ਹੈ ਨੀ। ਸੋ ਹਮੇਸ਼ਾ ਸਾਇੰਟਿਫਿਕਲੀ ਟ੍ਰੀਟਮੈਂਟ ਕਰਾਉਣਾ ਚਾਹੀਦਾ। ਕਈ ਲੋਕ ਕਹਿੰਦੇ ਜੀ ਅਸੀਂ ਹੋਮੋਪੈਥੀ ਦਾ ਇਲਾਜ ਕਰਾਇਆ, ਹੁਣ ਨਾਮ ਨਾ ਤੇ ਹੋਮੋਪੈਥ। ਸੋ ਉਹਦੇ ਬਾਰੇ ਮੈਂ ਕੁਛ ਇੰਨਾ ਡਿਟੇਲ ਚ ਨਹੀਂ ਦੱਸਦਾ ਕਿ ਹੋਮੋਪੈਥੀ ਵੀ ਕੁਛ ਕਰ ਸਕਦੀ ਹੈ ਇਹਦੇ ਵਿੱਚ, ਉਹ ਹੋਮੋਪੈਥੀ ਦੱਸ ਸਕਦਾ, ਪਰ ਜਿਹੜੀ ਸਪੈਸ਼ਲਿਟੀ ਦਾ ਮੈਂ ਬੰਦਾ ਹੈਗਾ, IMA ਐਲੋਪੈਥ। ਸੋ ਐਲੋਪੈਥ ਦੇ ਵਿੱਚ ਥੋੜਾ ਬਹੁਤਾ ਆਯੁਰਵੇਦ ਦਾ ਜ਼ਰੂਰ ਫੈਕਟਰ ਹੈ, ਜਿਹੜੀਆਂ ਤੇ ਕਹਿੰਦੇ ਆ ਆਪਾਂ ਸਬਜ਼ੀਆਂ ਜ਼ਿਆਦਾ ਖਾਓ, ਫਾਈਬਰ ਜ਼ਿਆਦਾ ਖਾਓ, ਦੋਜ਼ ਆਰ ਆਯੁਰਵੇਦਿਕ ਪ੍ਰੋਡਕਟਸ, ਜਿਵੇਂ ਇਸਬਗੋਲ ਖਾ ਲਓ, ਇਸਬਗੋਲ ਇੱਕ ਤਰ੍ਹਾਂ ਦਾ ਆਯੁਰਵੇਦਿਕ ਚੀਜ਼ ਹੈ, ਛਿਲਕੇ ਐ ਤੁਸੀਂ ਪੀਂਦੇ ਹੋ। ਸੋ ਉਹ ਦਵਾਈਆਂ ਜਿਹੜੀਆਂ ਥੋੜੀਆਂ ਕੌਨਸਟੀਪੇਸ਼ਨ ਠੀਕ ਕਰਦੀਆਂ, ਜੇ ਤੇ ਉਹ ਕੁੜੀਆਂ ਦੇ ਵਿੱਚ ਕਹਿ ਦਿੰਦਾ ਜੀ ਇਹਦੇ ਤਿਰਫਲਾ ਹੈ, ਇਹਦੇ ਚ ਹਰੜ ਬਹੇੜੇ ਤੇ ਔਲੇ ਰਗੜੇ ਜਿਹੜੇ ਆ, ਜੇ ਉਹ ਤੁਹਾਨੂੰ ਸਾਹਮਣੇ ਦੇ ਕੇ ਉਹ ਰਗੜ ਕੇ ਦੇ ਦਿੰਦਾ ਕਬਜ਼ ਦੀ ਦਵਾਈ ਬਣਾ ਕੇ, ਫੇਰ ਤੇ ਮੰਨਣ ਦੀ ਗੱਲ ਹੈ ਜੀ। ਜੇ ਉਹਦੇ ਚ ਆਪਾਂ ਨੂੰ ਪਤਾ ਨੀ ਗਾ ਕੀ ਹੈ, ਫੇਰ ਮੈਂ ਰਿਕਮੈਂਡ ਨਹੀਂ ਕਰੂੰਗਾ ਇਹੋ ਜਿਹੀਆਂ ਦਵਾਈਆਂ ਲੈਣੀਆਂ। ਆਲਵੇਜ਼ ਕੰਸਲਟ
कंसल्ट ए क्वालिफाइड पर्सन जी फॉर ए डिजीज। जी 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 ते एक लास्ट बिकॉज अपने को हुन समा भी थोड़ा रह गया हैगा ते लास्ट क्वेश्चन यही हैगा कि कहंदे होवे ही ना ए प्रॉब्लम शुरू उदे ले कहंदे की करना चाहिदा है ओही चीजां दसियां होवे ही ना जी उदे ले दस्या भाई एक तो डेढ़ तो दो लीटर पानी पियो जी ज्यादा फाइबर खाओ एक्सरसाइज करन जाओ शराब ना पियो ज्यादा नॉन वेज ना खाओ ज्यादा फ्राइड फ्रूट फूड ना खाओ ज्यादा चेर फोन लेके टॉयलेट से ना बैठे रहो उठे बह के अखबार ना पढ़ो यही चीजा जो आप नहीं करेंगे अपन बवासीर नहीं होगी कॉन्स्टिट्यूशन ना हो गए बस जे एक लफ्ज पूछना हो करा बवासीर ना हो कदे कॉन्स्टिट्यूशन ना हो बस ठीक जी। एक क्वेश्चन होर पूछ रहे ने कहंदे कि सुखी पावर सेर कहंदे की हुंदी है ते ओ कहंदे किदा ठीक होंदी है बिकॉज़ ओ मैं थोनू दस चुके आगे जदों मैं कीता जी जी एक कहंदे आ खूनी बवासीर जी बेसिकली खूनी बवासीर है जेड़ी दैट इज पाइल जेड़ी सुखी बवासीर है दैट इज फिशर एनल फिशर जिहदे विच के ब्याई आ जांदी है एक कीड़ा आ जांदा अपना उस एरिया दे विच क्योंकि एरिया बहुत ज्यादा सेंसिटिव होंदा जी सो इत्थे निक्का जिहा जदों कीड़ा आ जांदा ते जदों उहदे कोल दी स्टूल पास करदा ते मरीज मतलब चीटा मारदा उह डरदा स्टूल पास करन नहीं जांदा जी सो सुक्की बवासीर इज एनल फिशर। ठीक हां जी जी बहुत वधिया इनफॉरमेशन डॉक्टर साहब थैंक यू सो मच तुसी काफी डिटेल दे विच और काफी सिंपल वर्ड्स दे विच जेड़ा तुसी एक्सप्लेन कर दियो सो बहुत शुक्रिया। मेहरबानी जी मेहरबानी जी सो अगले हफ्ते फिर थोड़े नाल जुड़ेंगे किसी होर टॉपिक के ऊपर गल करेंगे सो बहुत शुक्रिया सत श्री अकाल। जी दोस्तों ए सीगे सर्जन नवराज जी जो अपने नाल जुड़ते ने और बहुत वधिया इनफॉरमेशन देंदे ने जे तुसी इन्हां नू कंसल्ट करना चाहते हो तो तुसी इन्हां नू ईमेल कर सकते हो navrajsinghmoga@gmail.com दे उपर ते अपने कोई तुसी होर कोई गल करनी है कुछ कंसल्ट करना है ते फिर तुसी इन्हां तो फर्दर उन्हां तो ही नंबर लैके जेड़ा तुसी अगे गलबात कर सकते हो बिकॉज डॉक्टर साहब प्रेफर नहीं करते कि तुसी उन्हां नू फोन कॉल्स करो बिकॉज बहुत बिजी हुंदे ने ते इस करके ईमेल ही जेड़ी आ ओही बेस्ट जरिया हैगा इन्हां तक पहुंच करने दा। ईमेल एक बारी फिर दस दिनी है navrajsinghmoga@gmail.com ते दोस्तो इत्थे ही कर दी साइन आउट तुसी नहीं जाना किते भी जुड़े रहो इसी तरह रेडियो चंद परदेसी दे नाल मेरा ते थोड़ा आवाज दे जरिए अज दा साथ इन्ना ही कल नू हुंदी है फिर मुलाकात इसी टाइम ते इसी चैनल ते सो कनेडियन एंड अमेरिकन्स हैव अ ग्रेट डे और इंडिया वाले हैव अ ग्रेट इवनिंग गुड नाइट ऑस्ट्रेलिया दुबई कुवैत इटली साउथ कोरिया लंदन यूके बाय बाय सायोनारा।